जे हक जा जतौड़ा जट्टी ते वेलै जी बन के सोने आसेरे। जो तुसी ये लिखदे आ कि भाई जे भाई पसंद आता सिरे बन के आ जी तलवार तेरे फड़ी होवे ऐ तू आवे जी चमकदार गड्डी दे विच ऐ टायरां ते पानी पंजदा आवे तू लै जे मैनू डोला लै जा मेरा मखणा ओदे मन दे की चलदा हुंदा। ਇਹਨੇ ਨਕਸ਼ਾ ਬਣਵਾਇਆ ਕਿਸੇ ਬੰਦੇ ਤੋਂ ਉਹ ਇਹਨੂੰ ਪਸੰਦ ਨਹੀਂ ਆਇਆ ਉਹ ਫਿਰ ਇਹ ਰੋਜ਼ ਇੱਕ ਨਵਾਂ ਜੰਗਲਾ ਢਾ ਦਿੰਦਾ ਉਹ ਤੇ ਨਵਾਂ ਮਾਲਕ ਇੱਕ ਕੰਮ ਤਾਂ ਕਿਸੇ ਤੋਂ ਵੀ ਨਹੀਂ ਲੈਂਦਾ ਦੋਨੋਂ ਤਿੰਨ ਤਾਂ ਨਹੀਂ ਕਰਵਾਉਂਦਾ ਕਿਤੇ ਵੀ ਨੌਕਰੀ ਕਰ ਲਓ ਪਰ ਜਿਵੇਂ ਤੁਸੀਂ ਨਾਲ ਨਾਲ ਵਜਾਉਣੇ ਵੀ ਤੇ ਗਾਉਣੇ ਵੀ ਆ ਇਹਦੇ ਬਾਰੇ ਵੀ ਦੱਸੋ। ਇਹ ਮਾਲਕ ਵੀ ਬਹੁਤ ਅੰਤਰੇ ਲੈਂਦੇ ਆ ਜੀ ਪਹਿਲਾਂ ਤੁਸੀਂ ਕੁੜਤੇ ਪਜਾਮੇ ਨਾ ਜਿਹੜੇ ਰੰਗ ਬਰੰਗੇ ਪਾਉਂਦੇ ਹੁੰਦੇ ਸੀ ਹੁਣ ਕਰ ਲਏ ਇੱਕੋ ਜੇ ਹਾਂਜੀ ਇਹ ਕਿਸੇ ਨੇ ਕਹਿਤਾ ਵੀ ਭਾਈ ਲਿਸ਼ਕਾਰੇ ਬਾਰੇ ਮਾਰਨੇ ਆ ਕਿ ਹੋਰ ਗੱਲ ਬਣੀ ਇਹਦਾ ਮਿਸਤਰੀ ਨੂੰ ਵੀ ਗੋਲੀ ਪਾਇਆ ਹੁੰਦਾ ਜੀ ਆਇਆ ਰੇਤਾ ਆਇਆ ਹੁਣ ਆਇਆ ਰੇਤਾ ਉਹ ਦੋ ਦੋ ਦਿਨ ਬੈਠੇ ਰੇਤੇ ਡਿੱਕੀ ਜਾਂਦਾ ਰੇਤਾ ਆਊਗਾ ਬਟ ਉਹ ਫੇਰ ਹੀ ਪਲਾਸਟਰ ਕਰਾਂਗੇ। ਘਰਦਿਆਂ ਨੇ ਨਹੀਂ ਪੁੱਛਿਆ ਵੀ ਕਾਕਾ ਕਿਹੋ ਜਿਹੇ ਵਿਚਾਰ ਆਉਣ ਲੱਗੇ ਵੀ ਕੋਈ ਸੁੱਖ ਸੰਦ ਹੈ ਕਿ ਠੀਕ ਆ ਸਭ ਕੁਝ ਨਹੀਂ ਕਰਨ ਲੱਗੇ ਵੀ ਤੁਰੇ ਜਾਂਦੇ ਐਵੇਂ ਅੱਛਾ ਹੁਣ ਸੰਭਲ ਕੇ ਭਾਈ ਲੰਬਾ ਨਾ ਜੇ ਪਹਿਲਾਂ ਸਾਨੂੰ ਜਿਹੜੇ ਨਚਾਰ ਕਹਿੰਦੇ ਹੁੰਦੀ ਹੁਣ ਸਾਡੀ ਮਿਹਨਤ ਕਰਦੇ ਆ ਕਿ ਬਈ ਯਾਰ ਕੋਰਸ ਤੇ ਲੈ ਜਾਓ ਕਈ ਤਾਂ ਕਹਿਣਗੇ ਯਾਰ ਪੈਸੇ ਚੁਗਣ ਤੇ ਰੱਖ ਲੈ ਉਹ ਮਮ ਡੈਡ ਵੀ ਇਹ ਚੀਜ਼ ਦਾ ਪ੍ਰਾਊਡ ਫੀਲ ਕਰਦੇ ਆ ਅੱਜ ਸਾਡਾ ਫਾਰਮ ਚ ਆਇਆ ਮਮ ਡੈਡ ਕਹਿੰਦਾ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਆ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਹੀ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਹਰ ਰੋਜ਼ ਦੀ ਤਰ੍ਹਾਂ ਸਵਰਨ ਸਿੰਘ ਟੈਣਾ ਨਾਲ ਆ, ਪਰ ਹਰ ਰੋਜ਼ ਦੀ ਤਰ੍ਹਾਂ ਅਸੀਂ ਸਟੂਡੀਓ ਦੇ ਵਿੱਚ ਨਹੀਂ, ਬਿਲਕੁਲ ਹਰ ਰੋਜ਼ ਦੀ ਤਰ੍ਹਾਂ ਕਿਸੇ ਦੇ ਸੋਫੇ ਦੇ ਉੱਤੇ ਨਹੀਂ ਜੀ, ਤੇ ਹਰ ਹਫਤੇ ਦੀ ਤਰ੍ਹਾਂ ਕਿਸੇ ਦੇ ਘਰ ਦੇ ਵਿੱਚ ਜਾ ਕੇ ਜਾਂ ਕਿਸੇ ਦੇ ਵੀ ਰਹਿਣ ਬਸੇਰੇ ਦੇ ਵਿੱਚ ਜਾ ਕੇ ਅਸੀਂ ਮੁਲਾਕਾਤ ਨਹੀਂ ਕਰ ਰਹੇ। ਅੱਜ ਅਸੀਂ ਪਾਰਕ ਦੇ ਵਿੱਚ ਖੜੇ ਹਾਂ, ਬਿਲਕੁਲ ਚੰਗੀ ਗਾਇਕੀ ਦੇ ਹਮੇਸ਼ਾ ਕਦਰਦਾਨ ਸਾਹ ਹਾਂ ਤੇ ਰਵਾਂਗੇ ਜਿੰਨਾ ਕੁ ਚਿਰ ਵੀ ਸਾਹ ਚੱਲਦੇ ਹੋਏ। ਪਰ ਗੱਲ ਇਹ ਵੀ ਚੰਗੀ ਗਾਇਕੀ ਨੂੰ ਸੁਣਨ ਵਾਲਿਆਂ ਦੀ ਗਿਣਤੀ ਕਿੰਨੀ ਕੁ ਹੈ, ਇਹਦੇ ਬਾਬਤ ਕਦੇ ਕਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰਾਂ ਦਾ ਜਵਾਰ ਭਾਟਾ ਹੁੰਦਾ ਜੀ। ਕਦੇ ਕਦੇ ਐਵੇਂ ਲੱਗਦਾ ਵੀ ਲੋਕਾਂ ਦਾ ਸੁਭਾਅ ਬਦਲ ਰਿਹਾ, ਉਹ ਬੰਦੂਕ ਦੇ ਨਾਲ ਮੈਂ ਮਾਰ ਦੂੰ ਤੇਰਾ ਆਸ਼ਕ ਪੁਰਾਣਾ ਚੱਕ ਦੂੰ ਤੇ ਮੈਂ ਤੇਰੇ ਭਾਪੇ ਦਾ ਘਰ ਢਾ ਦੂੰ, ਠੀਕ ਆ, ਮੈਂ ਤੇਰੀ ਭੈਣ ਵੀ ਮਾਰ ਦੇਣੀ ਆ, ਤੇਰੀ ਮੰਮੀ ਤਾਂ ਵੈਸੇ ਹੀ ਰਖੜ ਦੇਣੀ, ਮੈਂ ਮਾਰ ਹੀ ਦੇਣੀ, ਉਹ ਤਾਂ ਛੱਡਣੀ ਨਹੀਂ ਮੈਂ। ਏਦਾਂ ਦੀ ਗਾਇਕੀ ਤੋਂ ਸ਼ਾਇਦ ਲੋਕਾਂ ਦਾ ਧਿਆਨ ਪਰੇ ਹੋ ਰਿਹਾ ਤੇ ਚੰਗੀ ਗਾਇਕੀ ਦੇ ਵੱਲ ਖਿਆਲ ਆ ਰਿਹਾ। ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਇਹੋ ਜਿਹੇ ਆ ਜਿਹੜੇ ਕਿ ਅੱਜ ਦੀ ਤਰੀਕ ਦੇ ਵਿੱਚ ਓਨੇ ਮਕਬੂਲ ਨਹੀਂ ਵੀ ਆਪਾਂ ਕਹੀਏ ਵੀ ਇੱਧਰ ਤੁਰੇ ਜਾਂਦੇ ਤੇ ਮਗਰ ਮਗਰ ਡਰ ਜਾਵੇ ਲੋਕਾਂ ਦੀ, ਪਰ ਉਹਨਾਂ ਨੂੰ ਸੋਹਣਾ ਰੁਜ਼ਗਾਰ ਮਿਲਿਆ, ਸੋਹਣੀ ਗਾਇਕੀ ਦੀ ਪੇਸ਼ਕਾਰੀ ਕਰਦੇ ਆ ਤੇ ਆਪਣੀਆਂ ਕਦਰਾਂ ਕੀਮਤਾਂ ਨੂੰ ਵਿਸਾਰਦੇ ਨਹੀਂ, ਤੇ ਜਿਹੜੇ ਅੱਜ ਸਾਡੇ ਕੋਲ ਆਏ ਆ ਜਾਂ ਜਿਹਨਾਂ ਕੋਲ ਅੱਜ ਅਸੀਂ ਖੜੇ ਆ ਉਹਨੇ ਰੰਗਲੇ ਸਰਦਾਰ ਜੀ। ਸਰਦਾਰ ਤਾਂ ਸਰਦਾਰ ਹੀ ਹੁੰਦੇ ਆ, ਇਹ ਤਾਂ ਫਿਰ ਵੀ ਰੰਗਲੇ ਆ, ਬਿਲਕੁਲ ਸਹੀ, ਤੇ ਗੱਲਬਾਤ ਕਰਾਂਗੇ ਰੰਗਲੇ ਸਰਦਾਰਾਂ ਦੇ ਨਾਲ ਜੀ, ਬਿਲਕੁਲ ਕਰਾਂਗੇ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਕੀ ਹਾਲ ਨੇ? ਬਹੁਤ ਵਧੀਆ ਜੀ, ਠੀਕ ਠਾਕ। ਬਹੁਤ ਵਧੀਆ, ਅੱਜ ਨਾ ਤੁਹਾਡੇ ਕੁੜਤੇ ਪਜਾਮੇ ਦੇਖ ਕੇ ਚਿੱਤ ਮੇਰਾ ਕਰਦਾ ਵੀ ਕਾਸ਼ ਕਿਤੇ ਮੈਂ ਵੀ ਆ ਪਾਇਆ ਹੁੰਦਾ, ਮੈਨੂੰ ਪਤਾ ਹੁੰਦਾ ਵੀ ਰੰਗਲੇ ਸਰਦਾਰ ਇਉਂ ਆਉਣਗੇ ਐ ਬਗਲੇ ਵਰਗੇ ਬਣ ਕੇ, ਮੈਂ ਵੀ ਦੋ ਚਾਰ ਕੁੜਤੇ ਪਜਾਮੇ ਪਹਿਲਾਂ ਸਵਾ ਲੈਂਦਾ। ਹਾਂਜੀ, ਸੋਹਣੇ ਲੱਗਦੇ ਆ ਤੁਸੀਂ, ਇਹ ਜਿਹੜੇ ਚਿੱਟੇ ਲੀੜੇ ਪਾਏ ਆ ਇਹਨਾਂ ਦੇ ਉੱਤੇ ਕਦੇ ਦਾਗ ਨਾ ਲੱਗੇ, ਸਹੀ ਮਿਹਰਬਾਨੀ, ਕਦੇ ਮਸ਼ਹੂਰੀ ਦੇ ਚੱਕਰ ਦੇ ਵਿੱਚ ਕੋਈ ਧੱਬਾ ਨਾ ਲੱਗੇ, ਬਿਲਕੁਲ ਜੀ, ਤੇ ਉਹ ਬਾਅਦ ਦੇ ਵਿੱਚ ਨਾ ਲਹਿੰਦਾ ਨੀਗਾ, ਉਹ ਹਲਦੀ ਦਾ ਦਾਗ ਵੀ ਕਹਿੰਦੇ ਰਹਿ ਜਾਂਦਾ, ਪਰ ਇਹ ਫਿਰ ਲਹਿੰਦਾ ਨੀਗਾ, ਸਾਰੀ ਉਮਰ ਫਿਰ ਨਾਲ ਹੀ ਚੱਲਦਾ ਤੇ ਬੰਦਾ ਸਾਰੀ ਉਮਰ ਉਸ ਗੱਲ ਤੋਂ ਓਲਾ ਜੇ ਕਰਦਾ ਰਹਿੰਦਾ, ਨਾ ਤੁਹਾਨੂੰ ਭੁਲੇਖਾ ਪੈ ਗਿਆ ਐਂ ਥੋੜੀ ਸੀ, ਫਿਰ ਸਫਾਈਆਂ 'ਚ ਦਿੰਦਾ ਰਹਿੰਦਾ। ਤੁਸੀਂ ਬਹੁਤ ਚੰਗਾ ਗਾਉਂਦੇ ਹੋ, ਤੁਹਾਨੂੰ ਬਹੁਤ ਮੁਹੱਬਤ ਕਰਦੇ ਲੋਕ, ਤੇ ਮੈਂ ਇਸ ਗੱਲ ਦਾ ਦਾਅਵਾ ਕਹਿਣਾ ਵੀ ਭਾਈ ਅੱਜ ਤੋਂ ਬਾਅਦ ਤੁਹਾਨੂੰ ਮੁਹੱਬਤ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਹੋਊਗਾ, ਇਸ ਗੱਲ ਦਾ ਤੁਹਾਨੂੰ ਪੱਕਾ ਯਕੀਨ ਆ। ਸ਼ੁਕਰੀਆ ਬਾਈ, ਸਫਰ ਠੀਕ ਰਿਹਾ? ਬਹੁਤ ਵਧੀਆ, ਬਹੁਤ ਵਧੀਆ ਜੀ। ਇਹ ਬਾਗਾ ਪੁਰਾਣਾ ਤੋਂ ਆਏ ਨੇ ਬਾਈ ਜੀ? ਜੀ, ਪਰ ਵੈਸੇ ਅਲੱਗ ਅਲੱਗ ਥਾਵਾਂ ਤੋਂ ਨੇ, ਅੱਡ ਅੱਡ ਥਾਵਾਂ ਤੋਂ ਨੇ। ਬਾਗਾ ਪੁਰਾਣਾ ਦੇ ਨਾਲ ਮੇਰਾ ਚਿਰਾਂ ਪੁਰਾਣਾ ਰਿਸ਼ਤਾ, ਮੈਂ ਨਿੱਕਾ ਜਿਹਾ ਸੀ ਤੇ ਮਾਸੀਆਂ ਨੇ ਕਹਿਣਾ ਜਾ ਦਰੀਆਂ ਦਾ ਸੂਤ ਰੰਗਣਾ, ਤੇ ਬਾਗੇ ਪੁਰਾਣੇ ਦੇ ਕੰਡੇ ਮਾਰਕਾ ਪੱਕੇ ਰੰਗ ਜਿਹੜੇ ਉਹ ਲੈ ਕੇ ਆ, ਤੇ ਫਿਰ ਜਾਣਾ ਤੇ ਲੈ ਕੇ ਆਉਣਾ, ਤੇ ਮੈਂ ਇਸ ਗੱਲ ਦੇ ਵਿੱਚ ਖੁਸ਼ੀ ਚੜਣਾ ਵੀ ਝੂਟਾ ਲੈ ਕੇ ਆਏ ਬਸਦਾ। ਸੋ ਉਹ ਪੱਕੇ ਰੰਗਾਂ ਦੀ ਗੱਲ ਸੀ, ਇਹ ਪੱਕੀ ਗਾਇਕੀ ਦੀ ਗੱਲ ਆ, ਪੱਕੇ ਵਿਚਾਰਾਂ ਦੀ ਗੱਲ ਆ ਬਾਈ ਜੀ, ਬੰਦੇ ਦੋਵਾਂ ਦੀ ਨਹੀਂ ਬਣਦੀ ਅੱਜ ਕੱਲ੍ਹ। ਹਾਂਜੀ,
ਅੜੀ ਫਸੀ ਤੇ ਗੱਲ ਆ ਜਾਂਦੀ ਆ ਕੋਈ ਨਾ ਕੋਈ ਤੂੰਬਾ ਆ ਜਾਂਦਾ ਹੁੰਦਾ ਵੀ ਤੇਰੇ ਕਰਕੇ ਚੱਲਦੇ ਇਹ ਬੜਿਆਂ ਨੂੰ ਅਸੀਂ ਐ ਵਿਗੜਦੇ ਵੇਖਿਆ ਪਰ ਤੁਹਾਡੇ ਵਿੱਚ ਪਿਆਰ ਸਤਿਕਾਰ ਬਰਕਰਾਰ ਰਵੇ ਇਹਦੀ ਅਸੀਂ ਕਾਮਨਾ ਕਰਦੇ ਆ ਕਦੇ ਕੋਈ ਨਾ ਕੋਈ ਆਇਆ ਤੂੰਬਾ ਲਾਉਣ ਵਾਲਾ ਕਿ ਨਹੀਂ ਉਹ ਤਾਂ ਅਜੇ ਮਿਲਦੇ ਰਹਿੰਦੇ ਆ ਲੋਕ ਤੁਹਾਨੂੰ ਪਤਾ ਚਾਹੇ ਉਹ ਘਰ ਹੋਵੇ ਚਾਹੇ ਆਪਣਾ ਗਰੁੱਪ ਹੋਵੇ ਜਾਂ ਕੋਈ ਵੀ ਹੋਵੇ ਚਾਹੇ ਕੋਈ ਅਦਾਰਾ ਹੋਵੇ ਕਿਤੇ ਵੀ ਉਹ ਤਾਂ ਹਰ ਤਰ੍ਹਾਂ ਦੇ ਬੰਦੇ ਮਿਲਦੇ ਰਹਿੰਦੇ ਆ ਪਰ ਅਸੀਂ ਖੁਸ਼ ਕਿਸਮਤ ਆ ਕਿ ਸਾਡੇ ਵਿੱਚ ਚਲੋ ਅਸੀਂ ਜੇ ਸਾਡਾ ਗੁੱਸਾ ਦਾ ਸੀ ਉਹ ਵੀ ਬੋਲ ਕੇ ਕੱਢ ਲੈਣਾ ਵਾ ਕੋਈ ਮਨ 'ਚ ਗੱਲ ਨਹੀਂ ਰੱਖਣੀ ਜਦੋਂ ਆਪਾਂ ਮਨ 'ਚ ਗੱਲ ਰੱਖਦੇ ਹਾਂ ਪਰ ਹੌਲੀ 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 ਉਹ ਅੰਦਰ ਨਾ ਅੰਦਰ ਕਿਤੇ ਕੁਛ ਉਹਦਾ ਕੁਛ ਹੋਰ ਬਣ ਕੇ ਫਿਰ ਗੱਲ ਵਿਗੜ ਜਾਂਦੀ ਆ ਤੋ ਅਸੀਂ ਜੇ ਸਾਡੀ ਗੱਲ ਕੋਈ ਹੁੰਦੀ ਵੀ ਤਾਂ ਅਸੀਂ ਬਹਿ ਕੇ ਨਿਬੇੜ ਲੈਂਦੇ ਹਾਂ ਆਪਦੀ ਅਤੇ ਬਾਕੀ ਸਾਨੂੰ ਜਦੋਂ ਵੀ ਕੋਈ ਮਿਲਦਾ ਸਾਰੇ ਐਂ ਕਹਿੰਦੇ ਵੀ ਇੰਨਾ ਟਾਈਮ ਕੋਈ ਗਰੁੱਪ ਚੱਲਦਾ ਨਹੀਂ ਹੁੰਦਾ ਇਕੱਠੇ ਜਿਵੇਂ ਤੁਹਾਨੂੰ ਹੋ ਗਿਆ ਟਾਈਮ ਅਤੇ ਮਹਾਰਾਜ ਦੀ ਕਿਰਪਾ ਜੀ ਬਾਬੇ ਨਾਨਕ ਦੀ ਸਾਰਾ ਕੁਛ ਵਧੀਆ ਚੱਲ ਰਿਹਾ ਜੀ ਇਹ ਵਧੀਆ ਚੱਲਦਾ ਵੀ ਰਵੇ ਇਹ ਸਭ ਤੋਂ ਸੋਹਣੀ ਗੱਲ ਹੋਈ ਕਿਉਂਕਿ ਅਸੀਂ ਤਾਂ ਬਹੁਤ ਸਾਰੇ ਗਰੁੱਪ ਬਣਦੇ ਵੀ ਵੇਖੇ ਟੁੱਟਦੇ ਵੀ ਵੇਖੇ ਪਰ ਵੈਸੇ ਆਪਸ ਦੇ ਵਿੱਚ ਤਾਂ ਮਤਲਬ ਥੋੜੀ ਬਹੁਤ ਤਾਂ ਕਿਤੇ ਨਹੀਂ ਉਹ ਥੋੜੀ ਬਹੁਤ ਉਹਦਾ ਬਹੁਤ ਹੀ ਹੁੰਦੀ ਥੋੜੀ ਉਹ ਤਾਂ ਐ ਵੀ ਹੋ ਜਾਂਦਾ ਕਿ ਜਦੋਂ ਕਿਹਾ ਸੀਗਾ ਵੀ ਕੌਣ ਕਿਸੇ ਦਾ ਖਾਂਦਾ ਆਪੋ ਆਪਣੇ ਕਰਮ ਹੁੰਦੇ ਨੇ ਤੂੰ ਉਦੋਂ ਐ ਕਾਹਤੋਂ ਵਜਾਈ ਸੀ ਉਹ ਤਾਂ ਕਈ ਵਾਰ ਹੋ ਜਾਂਦਾ ਇਦਾਂ ਵੀ ਅਕਸਰ ਹੁੰਦਾ ਹੈ ਪ੍ਰੋਗਰਾਮਾਂ ਤੇ ਵੀ ਕਈ ਵਾਰ ਜਦੋਂ ਜਾਈਦਾ ਵੀ ਅਸੀਂ ਹੁਣ ਚਾਰ ਜਾਣੇ ਆ ਤਿੰਨੇ ਅਸੀਂ ਮੇਨ ਲੀਡ ਕਰਦੇ ਹਾਂ ਨਾ ਤਿੰਨੇ ਜਾਣੇ ਮਨਿੰਦਰ ਬਾਈ ਵੀ ਕਈ ਵਾਰ ਮੈਂ ਬਿਮਾਰ ਠਮਾਰਾਂ ਤਾਂ ਇਹਨੇ ਸਾਂਭੀ ਜਾਣਾ ਸਾਰਾ ਦਿਨ ਸਟੇਜ ਉਹ ਫਿਰ ਇਹ ਜੇ ਹੁੰਦਾ ਪਿੱਛੇ ਖੜਨ ਵੀ ਯਾਰ ਵੀ ਇੱਕ ਦੂਜੇ ਨੂੰ ਕਹਿ ਯਾਰ ਮੈਨੂੰ ਦੱਬੇ ਮੈਂ ਵੀ ਗਾਉਣਾ ਅੱਜ ਥੋੜ੍ਹਾ ਜਿਹਾ ਮਾਹੌਲ ਉਵੇਂ ਦਾ ਬਣਿਆ ਕਿਹਾ ਮੈਂ ਇੱਕ ਵਾਰ ਤੁਹਾਨੂੰ ਗੱਲ ਸੁਣਾਉਣਾ ਵੀ ਸਾਡੇ ਨਾਲ ਮੁੰਡਾ ਢੋਲੀ ਸੀਗਾ ਉਹ ਬੈਠ ਗਿਆ ਕਹਿੰਦਾ ਬਾਈ ਜੀ ਮੈਨੂੰ ਵੀ ਤੁਸੀਂ ਲੁਧਿਆਣੇ ਤਾਰ ਤੋਂ ਜਾਂਦੇ ਅਤੇ ਗੱਡੀ 'ਚ ਬੈਠਾ ਅਤੇ ਸਾਡੇ ਨਾਲ ਬਾਈ ਗਾਣਾ ਸੁਣਦਾ ਸੀ ਮੈਨੂੰ ਗਾਣਾ ਉਹ ਪਸੰਦ ਨਹੀਂ ਸੀਗਾ ਅਤੇ ਮੈਂ ਉਹ ਲੀਡ ਮੈਨੂੰ ਕਿਹਾ ਵੀ ਮੈਂ ਨਹੀਂ ਰੀਲ ਕੱਢ ਦੇਣੀ ਇਹ ਵੀ ਨਹੀਂ ਗਾਣਾ ਚੇਂਜ ਕਰਦੇ ਇਹ ਕਹਿੰਦਾ ਮੈਂ ਹੀ ਸੁਣਨਾ ਮੈਂ ਲੀਡ ਕੱਢੀ ਕੱਢ ਕੇ ਪਿੱਛੇ ਮਾਰੀ ਅੱਛਾ ਡਿੱਗੀ ਜੀ ਗਈ ਅਤੇ ਉਹ ਬੈਠਾ ਸਾਨੂੰ ਦੇਖੀ ਗਿਆ ਇੱਦਾਂ ਸਬਰ ਬਾਈ ਦੋ ਕੁ ਮਿੰਟਾਂ ਬਾਅਦ ਮਨਿੰਦਰ ਬਾਈ ਬੈਠੇ ਗੱਡੀ ਚਲਾਉਂਦਾ ਸੀ ਇਹ ਕਹਿੰਦਾ ਰਾਹ ਤੂੰ ਗਲਤ ਚੱਲੇ ਆ ਇਹ ਕਹਿੰਦਾ ਨਹੀਂ ਮੈਂ ਰਾਹ ਸਹੀ ਚੱਲੇ ਆ ਉਹ ਹਜੇ ਮਲੇਰਕੋਟਲੀ ਪਹੁੰਚੇ ਸੀ ਨਾਭੇ ਤੋਂ ਉਹ ਬੰਦਾ ਸਾਨੂੰ ਉੱਥੇ ਹਜੇ ਪਿਆ ਸੀ ਲੁਧਿਆਣੇ ਦਾ 40 ਕਿਲੋਮੀਟਰ ਦਾ ਸਫ਼ਰ ਉਹ ਕਹਿੰਦਾ ਬਾਈ ਜੀ ਮੈਨੂੰ ਇੱਥੇ ਤਾਰ ਦਿਓ ਵੀ ਇੰਨਾ ਤੁਸੀਂ ਜਿੱਦੀ ਜਾਂਦੇ ਹੋ ਜਦੋਂ ਜਦਈਆ ਤੁਹਾਡਾ ਚੱਲੀ ਜਾਂਦਾ ਮੈਨੂੰ ਇੱਥੇ ਤਾਰ ਦਿਓ ਕਹਿੰਦਾ ਤੁਸੀਂ ਮੈਂ ਉਹਨੂੰ ਬਾਅਦ 'ਚੋਂ ਫੋਨ ਕਰਕੇ ਪੁੱਛਿਆ ਕਹਿੰਦਾ ਬਾਈ ਤੁਸੀਂ ਤਾਂ ਲੜਦੇ ਹੀ ਬਹੁਤ ਹੋ ਕਹਿੰਦਾ ਯਾਰ ਮੈਂ ਤਾਂ ਡਰ ਵੀ ਮੈਨੂੰ ਨਾ ਵਿਚਾਰੇ ਬਿਠਾਇਆ ਮੈਨੂੰ ਕੁੱਟ ਦਿਓ ਤੁਸੀਂ ਕਿਤੇ ਬਿਨਾਂ ਗੱਲ ਤੋਂ ਵੀ ਐਂ ਚੱਲਦਾ ਰਹਿੰਦਾ ਸਾਡੇ ਬਹੁਤ ਵਧੀਆ ਗੱਲ ਹੈ ਜਦੋਂ ਤੁਸੀਂ ਸਫ਼ਰ ਤੈਅ ਕਰਦੇ ਆ ਜ਼ਿੰਦਗੀ ਦੇ ਵਿੱਚ ਵੀ ਜਦੋਂ ਸਫ਼ਰ ਤੈਅ ਕਰਦੇ ਆ ਤੇ ਫਿਰ ਥੋੜੀ ਬਹੁਤਾ ਖਟਪਟੀ ਹੁੰਦੀ ਵੀ ਹਾਂ ਬਿਲਕੁਲ ਜ਼ਰੂਰੀ ਵੀ ਹੁੰਦਾ ਹੈ ਹੋਵੇ ਤਾਂ ਇਹਦੇ ਵਿੱਚ ਰੰਗ ਨਹੀਂ ਭਰਿਆ ਜਾਂਦਾ ਬਿਲਕੁਲ ਤਾਂ ਸੁੱਖ ਨਾ ਵੈਸੇ ਰੰਗਲੇ ਸਰਦਾਰ ਆ ਜੀ ਇਹ ਤੁਹਾਡੀਆਂ ਰੰਗੀਨੀਆਂ ਬਰਕਰਾਰ ਰਹਿਣ ਪਹਿਲਾਂ ਤੁਸੀਂ ਕੁੜਤੇ ਪਜਾਮੇ ਨਾ ਜਿਹੜੇ ਰੰਗ ਬਰੰਗੇ ਪਾਉਂਦੇ ਹੁੰਦੇ ਸੀ ਹੁਣ ਕਰ ਲਏ ਇੱਕੋ ਜੇ ਹਾਂਜੀ ਇਹ ਕਿਸੇ ਨੇ ਕਹਿਤਾ ਵੀ ਭਾਈ ਲਿਸ਼ਕਾਰੇ ਬਾਰੇ ਮਾਰਦੇ ਆ ਕਿ ਹੋਰ ਗੱਲ ਬਣ ਗਈ ਇਹ ਅਸੀਂ ਕੱਲ ਰਾਤ ਮਤਲਬ ਘੰਟੇ ਇਸ ਚੀਜ਼ ਦੇ ਡਿਬੇਟ ਕਰੀਗੇ ਵੀ ਕਿਹੜੇ ਰੰਗ ਦੇ ਕੁੜਤੇ ਪਾਈਏ ਤੇ ਫਿਰ ਫੋਟੋਆਂ ਭੇਜਿਆ ਕਰ ਮੈਂ ਇਹਨਾਂ ਨੂੰ ਕਿਹਾ ਵੀ ਚਿੱਟੇ ਨਾ ਪਾਓ ਵੀ ਇੱਕੋ ਹੀ ਲੱਗਾਂਗੇ ਬਗਲੇ ਵਾਲੀ ਗੱਲ ਦਾ ਜ਼ਿਕਰ ਹੋਇਆ ਸੀ ਰਾਤ ਬਗਲੇ ਲੱਗਾਂਗੇ ਵੋਟਾਂ ਫਿਰ ਵੱਧ ਗਈਆਂ ਇੱਧਰ ਤਿੰਨ ਹੋ ਗਈਆਂ ਇਕੱਲਾ ਰਹਿ ਗਿਆ ਜੀ ਇਕੱਲਾ ਰਹਿ ਗਿਆ ਫਿਰ ਮੈਂ ਤੇ ਮੈਂ ਕਰੋ ਤਾਂ ਮੈਂ ਦੂਸਰਾ ਹੀ ਪਾ ਕੇ ਆਇਆ ਸੀ ਉਹ ਗੱਡੀ 'ਚ ਪਿਆ ਹਾਲੇ ਫਿਰ ਇਹ ਚਿੱਟਾ ਪਾਇਆ ਹੁਣ ਦੁਬਾਰੇ ਫਿਰ ਸਾਰੇ ਇੱਕੋ ਹੀ ਲੱਗੀ ਤਾਂ ਕਰਕੇ ਲੱਗ ਤਾਂ ਲੱਗੇ ਭਾਈ ਤੁਹਾਡਾ ਮੇਲ ਕਿਵੇਂ ਹੋਇਆ ਆਪਸ ਦੇ ਵਿੱਚ ਅਸਲ ਵਿੱਚ ਇੰਨਾ ਕੁ ਤਾਂ ਸਾਨੂੰ ਪਤਾ ਵੀ ਭਾਈ ਤੁਸੀਂ ਯੂਨੀਵਰਸਿਟੀ ਦੇ ਵਿੱਚ ਇਕੱਠੇ ਪੜ੍ਹਦੇ ਸੀ ਜਾਂ ਤੁਸੀਂ ਇਹ ਜਿਹੜੇ ਕੀ ਹੁੰਦੇ ਵੀ ਯੂਥ ਫੈਸਟੀਵਲ ਉੱਥੇ ਇਕੱਠੇ ਜਾਂਦੇ ਹੁੰਦੇ ਸੀ ਪਰ ਤੁਹਾਡੇ ਅੱਡ ਅੱਡ ਨਗਰ ਖੇੜੇ ਆ ਹਾਂਜੀ ਤੁਸੀਂ ਵੱਖ ਵੱਖ ਥਾਵਾਂ ਦੇ ਆ ਤੁਹਾਡਾ ਮੇਲ ਕਿਵੇਂ ਹੋਇਆ ਤੁਹਾਡਾ ਪਿੰਡ ਕਿਹੜਾ ਕਿਹੜਾ ਤੇ ਨਾਂ ਵੀ ਦੱਸ ਦਿਓ ਭਾਈ ਆਪਣਾ ਮੈਂ ਭੁਲੱਕੜ ਬੰਦਾ ਹੁਣ ਅਸਲ ਦੇ ਵਿੱਚ ਮੇਰੀ ਤਨਖਾਹ ਵਧਾਉਂਦੇ ਨਹੀਂ ਮੈਂ ਬਦਾਮ ਖਾਵਾਂ ਜੇ ਮੇਰੇ ਵਧਾਉਣ ਦਾ ਮੇਰਾ ਚੇਤਾ ਵਧੇ ਪਰ ਇਹ ਵੀ ਕੁਛ ਨਹੀਂ ਸੋਚਦੇ ਕੋਈ ਨਹੀਂ ਅਸੀਂ ਕਰਦੇ ਆ ਇਸ ਬਾਬਤ ਵੀ ਗੱਲ ਪਹਿਲਾਂ ਆਪਾਂ ਇਹਨਾਂ ਦੇ ਨਾਲ ਨਿਬੇੜ ਲਈ ਜਿਹੜੇ ਨਾਵਾਂ ਦੀ ਗੱਲ ਨਾਵਾਂ ਤਾਂ ਆਏ ਕਿਉਂਕਿ ਜਾਣੇ ਚਾਰ ਆ ਹਰੇਕ ਬੰਦੇ ਨੂੰ ਨਾਮ ਚੇਤੇ ਰੱਖਣੇ ਔਖੇ ਹੁੰਦੇ ਇੱਕ ਦਾ ਚੇਤੇ ਰੱਖਣਾ ਕਲਾਕਾਰ ਇੰਨੇ ਹੋਏ ਪਏ ਆ ਵੀ ਇੱਕ ਦਾ ਚੇਤੇ ਰੱਖਣਾ ਇਹ ਹਜੇ ਚਾਰ ਖੜੇ ਆ ਤੁਹਾਡੀ ਵੀ ਕੋਈ ਗੱਲ ਨਹੀਂ ਇਹਦੇ ਵਿੱਚ ਵੀ ਮੇਰਾ ਨਾਮ ਹੈਗਾ ਜੀ ਮਨਿੰਦਰ ਬਰਾੜ ਮੈਂ ਹੈਗਾ ਆਲਮ ਵਾਲਾ ਮੇਰਾ ਪਿੰਡ ਆ ਬਾਗੇ ਪੁਰਾਣੇ ਦੇ ਨਾਲ ਬਾਈ ਦਾ ਹੈਗਾ ਆਜ਼ਮ ਖਾਨ ਇਹਨਾਂ ਦਾ ਨਾਮ ਇਹਨਾਂ ਦਾ ਮਲੇਰਕੋਟਲੇ ਦੇ ਨਾਲ ਪਿੰਡ ਆ ਤੇ ਵੀਰੇ ਦਾ ਸਬਰ ਸਿੰਘ ਖੋਖਰੇ ਬਾਗੇ ਪੁਰਾਣੇ ਤੋਂ ਹੀ ਨੇ ਤੇ ਬਾਈ ਜਸਕਰਨ ਗੱਲ ਇਹ ਲੰਘਿਆ ਨੇ ਤੁਹਾਨੂੰ ਜੀ ਮਤਲਬ ਸਾਡੇ ਤਿੰਨਾਂ ਦੇ ਪਿੰਡ ਦਾ ਵੈਸੇ ਨੇੜੇ ਨੇੜੇ ਆਜ਼ਮ ਹੋਣਾ ਬਾਈ ਹੋਣਾ ਤਿੰਨਾਂ ਦੇ ਪਿੰਡ ਮੋਗਾ ਜ਼ਿਲ੍ਹੇ ਦੇ ਵਿੱਚ ਹਾਂ ਮੋਗਾ ਜ਼ਿਲ੍ਹਾ ਤੇ ਮੋਗਾ ਜ਼ਿਲ੍ਹਾ ਪਹਿਲਾਂ ਫਰੀਦਕੋਟ 'ਚ ਹੁੰਦਾ ਸੀ ਤੇ ਹਰਚਰਨ ਸਿੰਘ ਬਰਾੜ ਦੇ ਤੋੜ ਕੇ ਵਿੱਚੋਂ ਹੋਰ ਦੋ ਜ਼ਿਲ੍ਹੇ ਕੱਢਦੇ ਸੀ ਤੇ ਤੁਸੀਂ ਮਲੇਰਕੋਟਲੇ ਵਾਲੇ ਜਿਹੜੇ ਪਹਿਲਾਂ ਸੰਗਰੂਰ ਦੇ ਵਿੱਚ ਹੁੰਦੇ ਸੀ ਹੁਣ ਤੁਸੀਂ ਅੱਡ ਮੇਰਾ ਵੈਸੇ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਮੈਂ ਹੱਦ ਜੀ ਤੇ ਪੈਣਾ ਉਹ ਤੀ ਵੀ ਕਹਿ ਦਿੰਦਾ ਸੀ ਵੀ ਕਹਿ ਦਿੰਦਾ ਥੋੜੇ ਸਮੇਂ ਚ ਜਿਹੜੀ ਬਿਰਲਾਪ ਬਣ ਜੇ ਉਹ ਸ਼ੁੱਧ ਸੁਰਾਂ ਦੀ ਝਲਕ ਦਿਲ ਮੋਹ ਲੈਂਦੀ ਉਹ ਕਿਸੇ ਰਾਗ ਦਾ ਜਦੋਂ ਲਾਪ ਬਣ ਜੇ ਐਵੇਂ ਚੰਗਾ ਹੈ ਇਹੋ ਜੇ ਪੁੱਤ ਨਾਲੋਂ ਉਹ ਜਿਹੜੇ ਬਾਪ ਦੇ ਬਾਪ ਦਾ ਬਾਪ ਬਣ ਜੇ
ਧੀਆਂ ਦੇ ਜੁੰਮੇ ਨੇ ਕਈਆਂ ਨੂੰ ਬਾਪੂ ਮਿਲਿਆ ਨਹੀਂ ਕਈ ਘਰ ਮਾਵਾਂ ਬਿਨ ਸੁਣੇ ਨੇ ਕਈਆਂ ਦੇ ਵੇੜੇ ਲਾਲ ਖੇਡਣ ਕਈ ਘਰ ਧੀਆਂ ਦੇ ਜੁੰਮੇ ਨੇ ਨਾ ਹੱਥੀ ਲੇਖ ਲਿਖਾਏ ਜਾਂਦੇ ਹੱਥੀ ਲੇਖ ਲਿਖਾਏ ਜਾਂਦੇ ਇਹ ਤਾਂ ਪਾਲੇ ਭਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਏ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਏ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਏ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਸਾਰੀਆਂ ਸੰਗੀਤ ਦੀਆਂ ਸਤਿਕਾਰਯੋਗ ਪਰ ਗੱਲ ਇਹ ਵੀ ਕਮਾਲ ਹੋ ਗਈ ਜਦ ਜਿਹੜੇ ਭਰਮ ਹੁੰਦੇ ਨੇ ਤੇ ਜਦੋਂ ਮੈਂ ਕਿਹਾ ਵੀ ਕੋਈ ਹੋਰ ਹੁੰਦਾ ਪਰ ਤੁਸੀਂ ਉਹਦੇ ਨਾਲ ਹੀ ਰੰਗ ਬੰਨਤਾ ਜੀ ਇਹ ਰੰਗ ਐ ਬੰਨਿਆ ਜਾਣਾ ਸੀ ਤੁਸੀਂ ਸਾਰੇ ਵੱਖੋ ਵੱਖਰੇ ਸਾਜ਼ ਵਜਾਉਂਦੇ ਤੁਸੀਂ ਇਹਦੀ ਸਿਖਲਾਈ ਲਈ ਹੈ ਕਿਤੋਂ ਜਾਂ ਕਈ ਚਾਹ ਦੇ ਵਿੱਚ ਵੀ ਸਿੱਖ ਜਾਂਦੇ ਨੇ ਆਪਣੇ ਆਪ ਵੀ ਸਿੱਖ ਜਾਂਦੇ ਇਹ ਇਦਾਂ ਹੁੰਦਾ ਮੈਂ ਜਦੋਂ ਚੌਥੀ ਕਲਾਸ 'ਚ ਪੜ੍ਹਦਾ ਸੀਗਾ ਆਪਣੇ ਮੇਲਿਆਂ ਤੋਂ ਉਹ ਮਿਲਦੀਆਂ ਹੁੰਦੀਆਂ ਤੂੰਬੀਆਂ ਜਿਹੜੀਆਂ ਉਹ ਵਜਾਉਂਦੇ ਹੁੰਦੇ ਆ ਜੀ ਸਾਡੇ ਜਦੋਂ ਮੇਲੇ ਲੱਗਦੇ ਸਾਡੇ ਹੁਣ ਵੀ ਕੱਲ੍ਹ ਵੀ ਮੇਲਾ ਸੀ ਸਾਡੇ ਅੱਛਾ ਅਤੇ ਮੇਰੇ ਫਾਦਰ ਸਾਹਿਬ ਮੈਨੂੰ ਪਹਿਲੇ ਦਿਨ ਤੋਂ ਹੀ ਮਤਲਬ ਇੱਧਰ ਲਗਾ ਸੀਗਾ ਉੱਥੋਂ ਮੈਨੂੰ ਉਹ ਲਿਆ ਦਿੰਦੇ ਸੀ ਉਹ ਤਾਂ ਮੈਂ ਗਾਣੇ ਕੱਢਣੇ ਬਲਕਾਰ ਸਿੱਧੂ ਜੀ ਦੇ ਅਤੇ ਮਤਲਬ ਪੁਰਾਣੇ ਪੁਰਾਣੇ ਕਣੇ ਕਰਾ ਦਿਓ ਅਤੇ ਗਾਣੇ ਕੱਢ ਲੈਣੇ ਮੈਂ ਫਿਰ ਸਾਡੇ ਹਰਿੰਦਰ ਮੈਡਮ ਹੁੰਦੇ ਸੀ ਉਹਨਾਂ ਨੇ ਮੈਨੂੰ ਸਰੰਗੀ ਲੈ ਕੇ ਦਿੱਤੀ ਹੈ ਇਹ 2 ਸਾਲ ਪੇਟੀ 'ਚ ਪਈ ਰਹੀ ਜੀ ਅੱਛਾ ਮੈਂ ਕੱਢ ਲੈਂਦਾ ਸੀ ਦੇਖ ਕੇ ਰੱਖ ਦਿੰਦਾ ਸੀ ਇੱਕ ਹੁੰਦਾ ਵੀ ਆਪਣਾ ਸਾਡੀ ਜਿਹੜੀ ਫੈਮਿਲੀ ਆ ਬਾਬਾ ਮਰਦਾਨਾ ਜੀ ਦੀ ਅਸੀਂ ਉਮਤ ਦੇ ਵਿੱਚੋਂ ਵੀ ਇੱਕ ਇਹ ਹੁੰਦੀ ਹੈ ਸੋਚ ਹੁੰਦੀ ਹੈ ਵੀ ਜੇ ਸਿੱਖਣਾ ਤਾਂ ਚੰਗੇ ਉਸਤਾਦ ਤੋਂ ਸਿੱਖਣਾ ਬਿਲਕੁਲ ਸਹੀ ਹੈ ਨਾ ਅਤੇ ਮੈਂ ਉਹ ਚੀਜ਼ ਦੀ ਭਾਲ 'ਚ ਸੀ ਮੈਨੂੰ ਚੰਗਾ ਉਸਤਾਦ ਮਿਲਿਆ ਜਿਹਨਾਂ ਤੋਂ ਮੈਂ ਸਿੱਖਾਂ ਵੀ ਜੇ ਮੈਂ ਕਿਸੇ 4 ਬੰਦਿਆਂ 'ਚ ਬੈਠ ਕੇ ਕੱਲ੍ਹ ਕਹਾਂ ਵੀ ਉਹ ਫਲਾਣੇ ਮੇਰੇ ਉਸਤਾਦ ਜੀ ਨੇ ਵੀ ਅਗਲਾ ਮੈਨੂੰ ਕਹੇ ਵੀ ਠੀਕ ਆ ਸਹੀ ਆ ਅਤੇ 2 ਸਾਲ ਮੈਂ ਇੱਦਾਂ ਹੀ ਚੱਕ ਲੈਣੀ ਇਹਨੂੰ ਮੈਂ ਪੂੰਝ ਪਾਂਧ ਕੇ ਫਿਰ ਉਹਦੇ ਵਿੱਚ ਹੀ ਪਿੱਟ 'ਚ ਢੱਕ ਕੇ ਰੱਖ ਦੇਣੀ ਫਿਰ ਆਪਣੇ 15 ਅਗਸਤ ਨੂੰ ਹੁੰਦਾ ਹੈ ਆਪਣੇ ਅਸੀਂ ਉੱਥੇ ਜਾਣਾ ਗਾਉਣ ਹੈ ਨਾ ਅਤੇ ਉੱਥੇ ਉਸਤਾਦ ਜੀ ਮਿਲੇ ਕੁਲਵੰਤ ਸਿੰਘ ਘੁੰਮਣ ਜੀ ਪੈਲ ਤੋਂ ਪ੍ਰੋਫੈਸਰ ਨੇ ਉਹ ਤੇ ਫਿਰ ਉਹਨਾਂ ਤੋਂ ਮੈਂ ਇਹ ਤਾਲੀਮ ਲਈ ਸਰੰਗੀ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੇ ਮੈਨੂੰ ਸਟੇਜ 'ਤੇ ਮਤਲਬ ਇੱਦਾਂ ਖੜਨ ਲਾਤਾ ਸੁਰ ਕਰਕੇ ਮੈਨੂੰ ਦੇ ਦੇਣੀ ਸਰੰਗੀ ਮੇਰੀਆਂ ਸਿਸਟਰ ਹੁੰਦੀਆਂ ਸੀ ਨਾਲ ਫਾਦਰ ਸਾਹਿਬ ਹੁੰਦੇ ਸੀ ਢਾਡੀ ਜਦੋਂ ਹੁੰਦਾ ਸੀਗਾ ਅਤੇ ਫਿਰ ਉਹਨਾਂ ਦੇ ਮੈਂ ਨਾਲ ਜਾਣਾ ਵਜਾਉਣ ਪਲੇ ਕੀ ਬਾਤ ਹੈ ਤੇ ਤੁਹਾਡਾ ਤਾਂ ਬੁਗਚੂ ਬਹੁਤ ਸੋਹਣਾ ਹੈ ਬਈ ਇਹਨੂੰ ਵਾਵਾ ਮੋਤੀ ਮੋਤੀ ਜਿਹਾ ਲਾਏ ਹੋਏ ਨੇ ਫੁੰਮਣ ਫੁੰਮਣ ਲੱਗੇ ਹੋਏ ਨੇ ਬੜਾ ਸਜਾ ਕੇ ਰੱਖਿਆ ਹਾਂਜੀ ਮੈਨੂੰ ਸ਼ੌਂਕ ਸੀਗਾ ਮਲਵਈ ਗਿੱਧੇ ਦਾ ਸਭ ਤੋਂ ਪਹਿਲਾਂ ਜੀ ਉਹਦੇ ਵਿੱਚ ਬਗਦੂ ਵਜਾਉਂਦੇ ਹੁੰਦੇ ਸੀਗੇ ਸਾਡੇ ਨਾਲ ਮੁੰਡਾ ਹੁੰਦਾ ਸੀ ਅਰਸ਼ ਬਾਈ ਜੀ ਤੇ ਵੀਰਾ ਕਾਫੀ ਵਧੀਆ ਵਜਾਉਂਦਾ ਸੀਗਾ ਯੂਥ ਫੈਸਟੀਵਲ 'ਚ ਵੀ ਜਾਂਦਾ ਹੁੰਦਾ ਸੀ ਵਜਾਉਣ ਤੇ ਫਿਰ ਮੈਂ ਬਾਈ ਤੋਂ ਹੀ ਸਿੱਖਿਆ ਜੀ ਤੇ ਮੋਤੀ ਤਾਂ ਫਿਰ ਮੈਂ ਆਪ ਹੀ ਲਾਇਆ ਹਾਂਜੀ ਬਾਈ ਤੁਸੀਂ ਫਿਰ ਇਧਰ ਹਾਰਮੋਨੀਅਮ ਦੇ ਨਾਲ ਜੁੜੇ ਆ ਤੁਸੀਂ ਜ਼ਿੰਮੇਵਾਰੀਆਂ ਦੋਹਰੀਆਂ ਤੀਹਰੀਆਂ ਨਿਭਾਉਣੇ ਆ ਵੈਸੇ ਤਾਂ ਅੱਜ ਕੱਲ ਕਿਤੇ ਵੀ ਚਲੇ ਜਾਓ ਮਾਲਕ ਇੱਕ ਕੰਮ ਤਾਂ ਕਿਸੇ ਤੋਂ ਵੀ ਨਹੀਂ ਲੈਂਦਾ ਦੋਨੋਂ ਤਿੰਨ ਤਾਂ ਨਹੀਂ ਕਰਵਾਉਂਦਾ ਕਿਤੇ ਵੀ ਨੌਕਰੀ ਕਰ ਲਓ ਪਰ ਜਿਵੇਂ ਤੁਸੀਂ ਨਾਲ ਨਾਲ ਵਜਾਉਣੇ ਵੀ ਤੇ ਗਾਉਣੇ ਵੀ ਆ ਇਹਦੇ ਬਾਰੇ ਵੀ ਦੱਸੋ ਇਹ ਮਾਲਕ ਵੀ ਬਹੁਤ ਅੰਤਰੇ ਲੈਂਦੇ ਆ ਜੀ ਸਾਡਾ ਸੀਗਾ ਜੀ ਮੇਰੇ ਫਾਦਰ ਸਾਹਿਬ ਜਿਹੜੇ ਸੀਗੇ ਕਵਿਸ਼ਰੀ ਕਰਦੇ ਸੀਗੇ ਤੇ ਉਹਨਾਂ ਨੂੰ ਵੀ ਇਦਾਂ ਸ਼ੌਂਕ ਸੀਗਾ ਤੇ ਉਹਨਾਂ ਨੇ ਮੈਨੂੰ ਹਾਰਮੋਨੀਅਮ ਲੈਤਾ ਸੀਗਾ ਬਸ ਫਿਰ ਘਰੇ ਪਿਆ ਰਹਿੰਦਾ ਸੀ ਆਜਮ ਦੀ ਸਰੰਗੀ ਵਾਲਾ ਹਾਲ ਹੀ ਸੀ ਮੇਰਾ ਵੀ ਤੇ ਬਸ ਫਿਰ ਮੈਂ ਇੱਕ ਜਾਣੀ ਡੈਡੀ ਦੇ ਫਰੈਂਡ ਸੀ ਉਹਨਾਂ ਨੇ ਮੈਨੂੰ ਸਰਗਮ ਸਿਖਾਤੀ ਉਦੋਂ ਬਾਅਦ 'ਚ ਬੈਠਾ ਰਹਿਣਾ ਮੈਂ ਇੱਕ ਉਦੋਂ MP3 ਜੀ ਹੁੰਦੀ ਸੀ ਟੇਪ ਰਿਕਾਰਡਰ ਜਿਹਾ ਉਹਦੇ ਨਾਲ ਲਾ ਕੇ ਗਾਣਿਆਂ ਦੇ ਨਾਲ ਪਲੇ ਕਰੀ ਜਾਣਾ ਉਹਦੇ ਨਾਲ ਸੁਰ ਗਿਆਨ ਹੋ ਗਿਆ ਹੌਲੀ ਹੌਲੀ ਫਿਰ ਉਹਨੂੰ ਤੁਹਾਡਾ ਨਹੀਂ ਕਦੇ ਚਿੱਤ ਕੀਤਾ ਵੀ ਤੁਸੀਂ ਵੀ ਕੋਈ ਨਾ ਕੋਈ ਸਾਜ਼ ਚੱਕੋ ਹਾਂਜੀ ਵੀ ਆਪਾਂ ਥੋੜ੍ਹਾ ਜਿਹਾ ਆਪਣੇ ਪੰਜਾਬੀ ਸਿੰਗਰ ਜਿੰਨੇ ਵੀ ਕਰਦੇ ਆ ਜਾਂ ਤਾਨਪੁਰੇ ਤੇ ਫਿਰ ਉੱਥੇ ਰਿਆਜ਼ ਲਈ ਮੇਰਾ ਰੱਖਿਆ ਹੋਇਆ ਕਮਰੇ ਵਿੱਚ ਉਹਨਾਂ ਕਰਕੇ ਬਸ ਆਪਦੇ ਜੋਗਾ ਵਜਾ ਲਈਦਾ ਚਲੋ ਬਹੁਤ ਵਧੀਆ ਹਾਂਜੀ ਤੇ ਬਾਈ ਜੀ ਜਦੋਂ ਤੁਸੀਂ ਮਿਲੇ ਆ ਪਹਿਲੀ ਵਾਰ ਉਹ ਕਿਹੜਾ ਸਾਲ ਸੀਗਾ ਤੇ ਕਿਹਨੇ ਪੇਸ਼ਕਸ਼ ਕੀਤੀ ਸੀ ਯਾਰ ਜੇਕਰ ਆਪਾਂ ਇਕੱਠੇ ਹੋ ਜਾਈਏ ਤਾਂ ਸ਼ਾਇਦ ਗੱਲ ਬਣ ਜੇ ਉਹ ਜੀ 2014-15 ਦਾ ਮੈਨੂੰ ਲੱਗਦਾ ਤਕਰੀਬਨ ਸੀਗਾ ਉਦੋਂ ਯੂਥ ਫੈਸਟੀਵਲਾਂ ਦੇ ਵਿੱਚ ਇਕੱਠੇ ਹੋਣਾ ਆਜਮ ਕਿਸੇ ਹੋਰ ਟੀਮ ਵੱਲੋਂ ਆਉਂਦਾ ਸੀ ਇਹ ਸਰੰਗੀ ਵਧੀਆ ਪਲੇ ਕਰਦਾ ਸੀ ਮਨਿੰਦਰ ਅਤੇ ਖੋਖਰੇ ਆ ਇੱਕੋ ਕਾਲਜ ਦੇ ਸੀ ਇਹ ਕੋਟਕਪੂਰਾ ਤੋਂ ਇਹਨਾਂ ਨੇ ਕੀਤੀ ਸਟੱਡੀ ਅਤੇ ਮੈਂ ਅਲੱਗ ਤੋਂ ਆਉਂਦਾ ਸੀਗਾ ਉੱਥੇ ਬਸ ਇੱਕ ਅਰਸ਼ ਵੀਰਾ ਹੁੰਦਾ ਸੀ ਸਾਡੇ ਨਾਲ ਅਰਸ਼ ਰਿਆਜ਼ ਹੁਣ ਉਹ ਕੈਨੇਡਾ ਦੇ ਵਿੱਚ ਆ ਅਤੇ ਉਦੋਂ ਬਸ ਫੈਸਟੀਵਲਾਂ ਦੇ ਵਿੱਚ ਜਦੋਂ ਪ੍ਰੋਗਰਾਮ ਤੋਂ ਬਾਅਦ ਜਾਣੀ ਹੁੰਦਾ ਪਰਫੋਰਮੈਂਸ ਤੋਂ ਬਾਅਦ ਬੈਠਦੇ ਇਕੱਠੇ ਉਦੋਂ ਸਾਜ਼ ਇੱਕ ਦੂਜੇ ਕੋਲ ਦੇਖ ਕੇ ਖਿੱਚ ਪੈ ਜਾਂਦੇ ਕਿ ਉਹ ਬੰਦਾ ਵਜਾਉਂਦਾ ਉਹਦੇ ਨਾਲ ਆਪਦਾ ਸਾਜ਼ ਮਿਲਾਉਣ ਲੱਗ ਗਏ ਹੈ ਨਾ ਉਹਦੇ ਨਾਲ ਬੈਠ ਕੇ ਰੌਣਕ ਲੱਗਣ ਲੱਗ ਗਈ ਜਦੋਂ ਵਧੀਆ ਲੱਗਿਆ ਇੱਕ ਦੋ ਵੀਡੀਓ ਪਾਈਆਂ ਲੋਕਾਂ ਨੇ ਪਸੰਦ ਕਰੀਆਂ ਫਿਰ ਡਿਮਾਂਡ ਲੋਕਾਂ ਦੀ ਆਉਣ ਲੱਗ ਗਈ ਵੀ ਸਾਰੇ ਜਾਣੇ ਤੁਸੀਂ ਸਾਡੇ ਇੱਥੇ ਮੇਲਾ ਇੱਥੇ ਆਓ ਬਸ ਉੱਥੇ ਹੀ ਜਿਹੜੀ ਹੈਗੀ ਆ ਰੁਚੀ ਵੱਧ ਗਈ ਸਾਡੀ ਫਿਰ ਇਕੱਠਿਆਂ ਦਾ ਗਰੁੱਪ ਪਤਾ ਹੀ ਨਹੀਂ ਲੱਗਾ ਸਾਨੂੰ ਕਦੋਂ ਬਣ ਗਿਆ ਹਾਂਜੀ ਇਹ ਤਾਂ ਪਤਾ ਹੀ ਨਹੀਂ ਲੱਗਿਆ ਵੀ ਗਰੁੱਪ ਇਹਦਾ ਮਤਲਬ
ਬਾਬੇ ਨਾਨਕ ਨੇ ਕੋਈ ਕਿਰਪਾ ਕੀਤੀ ਹੈ ਅਸੀਂ ਇਕੱਠੇ ਹੋ ਗਏ ਅਸੀਂ ਆਪ ਤਾਂ ਕਦੇ ਸੋਚਿਆ ਨਹੀਂ ਵੀ ਇਕੱਠੇ ਹੋਣਾ ਤੇ ਨਾ ਅਸੀਂ ਕਦੇ ਵਿਆਹ ਤੋਂ ਬਣਾਈਏ ਵੀ ਆਪਾਂ ਇਕੱਠੇ ਚੱਲਣਾ ਜਾਂ ਵੀ ਇਕੱਠੇ ਗਾਇਆ ਕਰੀਏ ਉਹ ਵਾਹਿਗੁਰੂ ਵੱਲੋਂ ਹੀ ਹੋਇਆ ਜੋ ਹੋਇਆ ਜੀ ਬਹੁਤ ਵਧੀਆ ਹੋਇਆ ਸੋਹਣਾ ਹੋਇਆ ਸੋਸ਼ਲ ਮੀਡੀਆ ਰਾਸ ਆ ਗਿਆ ਇੱਕ ਤਰੀਕੇ ਨਾਲ ਬਿਲਕੁਲ ਬਿਲਕੁਲ ਹਾਂਜੀ ਤੇ ਜੇ ਇਹਦਾ ਮਤਲਬ ਇਹ ਆ ਵੀ ਜੇਕਰ ਅਸੀਂ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰੀਏ ਤਾਂ ਇਹਦੇ ਵਰਗੀ ਵਰਦਾਨ ਚੀਜ਼ ਵੀ ਕੋਈ ਨਹੀਂ ਹਾਂਜੀ ਜੇ ਅਸੀਂ ਧੀ ਭੈਣ ਇੱਕਰ ਨੂੰ ਰੱਖਿਆ ਤੇ ਫਿਰ ਇਹਦੇ ਵਰਗਾ ਸਰਾਪ ਵੀ ਕੋਈ ਨਹੀਂ ਉਹਦੀ ਲੱਤ ਖਿੱਚ ਲਈ ਉਹਨੂੰ ਗਾਲ ਕੱਢਤੀ ਮੈਂ ਸਹੀ ਆ ਗਵਾਈਏ ਪਿੱਛੇ ਲੜਪੋ ਲੀਡਰ ਪਿੱਛੇ ਲੜਪੋ ਧਰਮ ਪਿੱਛੇ ਲੜਪੋ ਆਪਾਂ ਜੰਮੇ ਲੜਨ ਨੂੰ ਥੋੜੀ ਆ ਜ਼ਿੰਦਗੀ ਚ ਕੁਛ ਹੋਰ ਵੀ ਕਰਨਾ ਨਾਲੇ ਕਹਿੰਦੇ ਜਿੰਦ ਪਾਣੀ ਦਾ ਬੁਲਬਲਾ ਤੇ ਬੁਲਬਲਾ ਇੰਨਾ ਚਿਰ ਤਾਂ ਕੱਢਦਾ ਹੀ ਨਹੀਂ ਠੀਕ ਆ ਲੜਨਾ ਵੀ ਬੰਦ ਕਰ ਗਏ ਆਪਾਂ ਬਾਈ ਜੀ ਕਦੇ ਇਹ ਨਹੀਂ ਮਨ ਦੇ ਵਿੱਚ ਆਇਆ ਵੀ ਫੋਲੋਅਰ ਇੱਕਦਮ ਵਧ ਜਾਣੇ ਜੇ ਮਾੜਾ ਜਿਹਾ ਐਂ ਜੇ ਕਰਦੇ ਅੱਗੇ ਐਂ ਜੇ ਕਰਕੇ ਚਾਰੇ ਜਾਣੇ ਨਹੀਂ ਜੀ ਕਦੇ ਇੱਦਾਂ ਦਿਲ ਚ ਹੋਇਆ ਨਹੀਂ ਵੈਸੇ ਜਿੰਨੇ ਕੁ ਵੀ ਹੈਗੇ ਓਰੀਜਨਲ ਹੀ ਨੇ ਜਿਹੜੇ ਜੁੜੇ ਆ ਪਿਆਰ ਕਰਨ ਵਾਲੇ ਆ ਉਹੀ ਨੇ ਕੋਈ ਇੱਦਾਂ ਕਦੇ ਲੱਗਿਆ ਨਹੀਂ ਕਿਉਂਕਿ ਜਿੰਨੇ ਕੁ ਸਾਨੂੰ ਮਤਲਬ ਫੋਲੋ ਕਰਦੇ ਆ ਉਹ ਪਿਆਰ ਕਰਨ ਵਾਲੇ ਹੀ ਆ ਸਾਰੇ ਵੀ ਮਤਲਬ ਕਦੇ ਕੋਈ ਬੈਡ ਕਮੈਂਟ ਨਹੀਂ ਉਹਨਾਂ ਨੇ ਕੀਤਾ ਕਦੇ ਕੋਈ ਗਲਤ ਨਹੀਂ ਵੀ ਜੇ ਸਾਨੂੰ ਲੱਗਦਾ ਸਾਡੇ ਫੋਲੋਵਰਾਂ 'ਚ ਇੱਦਾਂ ਦੀ ਗੱਲ ਆ ਵੀ ਲੱਗਦਾ ਵੀ ਉਹ ਸਾਨੂੰ ਕਹਿ ਦਿੰਦੇ ਬਾਈ ਜੀ ਤੁਸੀਂ ਇੱਥੇ ਥੋੜ੍ਹੀ ਜੀ ਜੇ ਤੁਸੀਂ ਸਹੀ ਕਰੋ ਆਹ ਚੀਜ਼ ਤਾਂ ਤੁਹਾਡੀ ਗਲਤ ਆ ਤਾਂ ਅਸੀਂ ਉਹਨਾਂ ਦਾ ਮੰਨਦੇ ਕਈ ਹਜੇ ਵੀ ਹੁੰਦੇ ਆ ਕਾਲਾਂ ਆਉਂਦੀਆਂ ਸਾਨੂੰ ਵੀ ਹੁਣ ਤਾਂ ਬਾਈ ਤੁਹਾਡੇ ਕੋਲੇ ਬਜਟ ਵੀ ਬਹੁਤ ਆ ਰਾਤ ਵੀ ਮੇਰੇ ਫਰੈਂਡ ਦੀ ਕੋਲ ਆਈ ਯਾਰ ਹੁਣ ਤੁਸੀਂ ਕਮਰਸ਼ੀਅਲ ਜਾਂ ਤੁਸੀਂ ਥੋੜ੍ਹਾ ਲੈ ਕੇ ਆਓ ਉਹ ਚੀਜ਼ਾਂ ਫਲਾਣੇ ਸਿੰਗਰ ਵਾਂਗੂ ਗਾਣਾ ਕਰੋ ਜਾਂ ਫਲਾਣੇ ਨੂੰ ਕਰੋ ਐਂ ਕਰੋ ਬਾਈ ਪ੍ਰਮੋਸ਼ਨ ਲਾਓ ਪੈਨ ਇੰਡੀਆ ਕਰੋ ਫਿਰ ਮੈਂ ਕਹਿੰਦਾ ਜਾ ਪ੍ਰਵਾਸ ਹੋ ਜਾ ਮੈਂ ਕਹਿੰਦਾ ਨੀਂਦ ਬਹੁਤ ਆਉਂਦੀ ਆ ਬਹੁਤ ਵਧੀਆ ਗੱਲਾਂ ਹਾਂਜੀ ਬਹੁਤ ਵਧੀਆ ਗੱਲ ਤੁਹਾਡੀ ਪਛਾਣ ਹੀ ਇਸ ਗੱਲ ਕਰਕੇ ਆ ਤੁਸੀਂ ਭੀੜ ਤੋਂ ਵੱਖਰੇ ਕਿਉਂਕਿ ਕੋਈ ਇਦਾਂ ਕਰਨ ਦਾ ਜੀਰਾ ਹੀ ਨਹੀਂ ਕਰ ਸਕਦਾ ਬਾਈ ਲਿਖਦੇ ਤੁਸੀਂ ਹੋ ਹਨਾ ਹਾਂਜੀ ਕੋਸ਼ਿਸ਼ ਕਰ ਲਈਏ ਜੀ ਜਿੰਨੇ ਗਾਣੇ ਆ ਮੇਰੇ ਖਿਆਲ ਤੁਹਾਡੇ ਮਕਬੂਲ ਹੋਏ ਉਹਦੇ ਵਿੱਚੋਂ ਬਹੁਤ ਤੁਸੀਂ ਲਿਖੇ ਆ ਸਾਰੇ ਉਹ ਫਿਰ ਮਨ ਦੇ ਵਿੱਚ ਕਿਹੋ ਜਿਹਾ ਬਲਬਲਾ ਉੱਠਦਾ ਜਦੋਂ ਤੁਸੀਂ ਇਹ ਲਿਖਦੇ ਆ ਕਿ ਭਾਈ ਜੇ ਭਾਈ ਪਸੰਦ ਆ ਤਾਂ ਸਿਰੇ ਬੰਨ ਕੇ ਆ ਜੀ ਤਲਵਾਰ ਤੇਰੇ ਫੜੀ ਹੋਵੇ ਐ ਤੂੰ ਆਵੇਂ ਜੀ ਚਮਕਦਾਰ ਗੱਡੀ ਦੇ ਵਿੱਚ ਐ ਟਾਇਰਾਂ ਤੇ ਪਾਣੀ ਪੈਂਦਾ ਆਵੇ ਤੂੰ ਲੈ ਜਾਏ ਮੈਨੂੰ ਡੋਲਾ ਲੈ ਜਾ ਮੇਰਾ ਮੱਖਣਾ ਉਹਦੇ ਮਨ ਦੇ ਕੀ ਚੱਲਦਾ ਹੁੰਦਾ ਤੈਨੂੰ ਤਾਂ ਇਦਾਂ ਦੇ ਵਿਚਾਰ ਬਿਲਕੁਲ ਨਹੀਂ ਆਉਂਦੇ ਨਹੀਂ ਗਾਣੇ ਤਾਂ ਮੈਂ ਅੱਠਵੀਂ ਕਲਾਸ ਤੋਂ ਲਿਖਣ ਲੱਗ ਗਿਆ ਸੀਗਾ ਜੀ ਉਦੋਂ ਤਾਂ ਫਿਰ ਜਵਾਕਾਂ ਇੰਜ ਵਾਲੇ ਗਾਣੇ ਹੁੰਦੇ ਆ ਚਲੋ ਹੁਣ ਵੀ ਕੋਸ਼ਿਸ਼ ਕਰ ਲਈ ਦੀ ਆ ਮੈਂ ਇਹ ਨਹੀਂ ਕਹਿੰਦਾ ਵਧੀਆ ਲਿਖਦਾ ਪਰ ਸਾਡਾ ਟਾਈਮ ਪਾਸ ਹੋਈ ਜਾਂਦਾ ਜਿਹੋ ਜਿਹੀ ਸਾਡੀ ਬੁੱਧੀ ਆ ਜਾਂ ਸਾਡੀ ਸੋਚ ਆ ਜਾਂ ਜਿੱਦਾਂ ਦਾ ਸਰਕਲ ਆ ਉਦਾਂ ਦੇ ਗਾਣੇ ਮਤਲਬ ਹੈਗੇ ਆ ਮਤਲਬ ਲਿਖ ਵੀ ਲਈਦੇ ਤੇ ਪਏ ਵੀ ਹੋਰ ਹੈਗੇ ਨੇ ਹਾਂਜੀ ਤੇ ਕੋਸ਼ਿਸ਼ ਕਰ ਲਈ ਦੀ ਆ ਜੀ ਜੀ ਤੇ ਘਰ ਦੇ ਵਿੱਚ ਵੈਸੇ ਪਹਿਲਾਂ ਵੀ ਕੋਈ ਲਿਖਦਾ ਸੀ ਨਹੀਂ ਪਹਿਲਾਂ ਨਹੀਂ ਕੋਈ ਵੀ ਸੀ ਤੁਸੀਂ ਹੋ ਨਹੀਂ ਪਹਿਲਾਂ ਨਹੀਂ ਕੋਈ ਲਿਖਦਾ ਸੀਗਾ ਜੀ ਤੂੰ ਤੇ ਮੈਂ ਹੋ ਜੇ ਫਿਰ ਹਾਂਜੀ ਜੁਗ ਜੁਗ ਜੀਵੇ ਮੇਰਾ ਬਾਬਲ ਸੋਹਣਾ ਜਿਨੇ ਲੜ ਤੇਰੇ ਜੱਟੀ ਤੇ ਬਲੈ ਜੀ ਬਨ ਕੇ ਸੋਹਣਿਆ ਸੇਰ ਵੇ ਝਾਂਜਰਾ ਕੜਾਕੇ ਦੇ ਜਮੀ ਵੇ ਜੱਟੀ ਨੱਚੂਗੀ ਬਰੋਬਰ ਤੇਰੇ ਜੇ ਹੱਕ ਜਾ ਜਤਾਉਣਾ ਜੱਟੀ ਤੇ ਬਲੈ ਜੀ ਬਨ ਕੇ ਸੋਹਣਿਆ ਸੇਰੇ ਬਾਬਾ ਮਾੜਾ ਜਿਹਾ ਹੋਰ ਆਉਣ ਦਿਓ ਹਾਲੇ ਤਾਂ ਰੰਗ ਵੱਜਣਾ ਸ਼ੁਰੂ ਹੋਇਆ ਸੀ ਵੱਜੇ ਹੀ ਆ ਨੱਚੂਗੀ ਬਰੋਬਰ ਤੇਰੇ
ਬਹੁਤ ਵਧੀਆ ਜੀ ਬਹੁਤ ਸੋਹਣਾ ਇਹ ਵੀ ਗਾਇਕੀ ਆ ਹਾਂ ਗੱਲ ਇਹ ਆ ਵੀ ਕਿਸੇ ਦੀ ਸਿਫਤ ਕਰਨੀ ਹੋਵੇ ਇਸ ਰੂਪ ਦੇ ਵਿੱਚ ਵੀ ਹੋ ਸਕਦੀ ਆ ਤੇ ਸਾਡੇ ਪੰਜਾਬੀ ਗੀਤਕਾਰਾਂ ਤੇ ਗਾਇਕਾਂ ਦੇ ਇੱਕ ਹਿੱਸੇ ਨੂੰ ਇਸ਼ਕ ਤੇ ਅਯਾਸ਼ੀ ਵਿਚਲਾ ਫਰਕ ਨਹੀਂ ਪਤਾ ਗਾ ਉਹਨਾਂ ਨੂੰ ਪਹਿਲਾਂ ਇਹ ਫਰਕ ਮਹਿਸੂਸ ਹੋਣਾ ਚਾਹੀਦਾ ਤੇ ਬੇਨਤੀ ਇਹ ਵੀ ਜਿਹੜੇ ਮਗਰੋਂ ਕਰੀ ਜਾਂਦੇ ਹੁੰਦੇ ਨਾ ਵਨਸ ਮੋਰ ਉਹਨਾਂ ਨੂੰ ਵੀ ਬੇਨਤੀ ਹੈ ਵੀ ਭਾਈ ਐ ਤਾਂ ਤੁਸੀਂ ਮੋਰ ਵੀ ਮਾਰ ਦਿਓ ਕਿਸੇ ਦਾ ਤੁਹਾਨੂੰ ਦੇਖ ਕੇ ਮੋਰ ਵੀ ਸ਼ਰਮਿੰਦਾ ਹੋ ਜੇ ਜੀ ਪਰ ਇਹ ਗੀਤ ਲਿਖਣ ਦਾ ਫੁਰਨਾ ਕਿਵੇਂ ਫੁਰਿਆ ਸੀ ਇਹ ਗੀਤ 2018 ਚ ਲਿਖਿਆ ਸੀਗਾ ਜੀ ਤੇ ਬਸ ਉਦੋਂ ਮਾਹੌਲ ਜਿਹਾ ਬਣ ਗਿਆ ਦਿਮਾਗ ਚ ਫਿਰ ਉਵੇਂ ਲਿਖਿਆ ਗਿਆ ਬਹੁਤ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਕਮਾਲ ਕਰਤੀ ਵਾਹਿਗੁਰੂ ਨੇ ਕੀਤੀ ਘਰਦਿਆਂ ਨੇ ਨਹੀਂ ਪੁੱਛਿਆ ਵੀ ਕਾਕਾ ਕਿਹੋ ਜਿਹੇ ਵਿਚਾਰ ਆਉਣ ਲੱਗ ਗਏ ਵੀ ਕੋਈ ਸੁੱਖ ਸਾਂਦ ਹੈ ਕਿ ਠੀਕ ਠਾਕ ਹੈ ਸਭ ਨਹੀਂ ਕਰਨ ਲੱਗ ਗਏ ਵੀ ਤੁਰੇ ਜਾਂਦੇ ਐਵੇਂ ਅੱਛਾ ਹੁਣ ਸੰਭਲ ਕੇ ਭਾਈ ਲਾਂਬਾ ਨਾ ਜੇ ਇਹ ਤਾਂ ਜਦੋਂ ਰਿਕਾਰਡ ਹੋ ਗਿਆ ਉਦੋਂ ਬਾਅਦ ਹੀ ਪਤਾ ਲੱਗਿਆ ਘਰਦਿਆਂ ਨੂੰ ਰਿਕਾਰਡ ਦਾ ਸਾਲ ਕੀ ਹੋਇਆ ਜੀ ਜਦੋਂ ਬਾਈ ਤੁਸੀਂ ਇਕੱਠੇ ਹੋਏ ਹੋ ਤੇ ਇਸ ਖੇਤਰ ਦੇ ਵੱਲ ਪੈਰ ਧਰਿਆ ਤੇ ਆਪਣੇ ਪਿੰਡਾਂ ਦੇ ਵਿੱਚੋਂ ਕਈ ਥਾਵਾਂ ਦੇ ਉੱਤੇ ਗੱਲਾਂ ਚੱਲਦੀਆਂ ਕਿਹੜੇ ਕੰਮ 'ਚ ਪੈ ਗਿਆ ਚੰਗਾ ਭਲਾ ਸੀਗਾ ਤੁਹਾਨੂੰ ਇਸ ਕਰਕੇ ਪੜਾਇਆ ਵੀ ਚੱਕ ਲਓ ਸਰੱਗੀ ਇਸ ਕਰਕੇ ਪੜਾਇਆ ਵੀ ਚੱਕ ਲਾ ਬੁਗਚੂ ਵੀ ਤੁਹਾਨੂੰ ਪੜਾਇਆ ਸੀਗਾ ਵੀ ਤੁਸੀਂ ਡਿਗਰੀਆਂ ਲਈਆਂ ਵੀ ਵੱਡੇ ਅਫਸਰ ਬਣ ਜਾਓ ਕਈ ਥਾਵਾਂ ਤੇ ਇਉਂ ਆ ਫਿਰ ਜਦੋਂ ਨੋਟ ਆਉਂਦੇ ਫਿਰ ਘਰਦੇ ਕਹਿੰਦੇ ਮੁੰਡਾ ਇਹ ਵੀ ਚੰਗਾ ਕੰਮ ਵਧੀਆ ਕਰਦਾ ਜੇ ਕੋਈ ਮਾੜਾ ਕੰਮ ਨਹੀਂ ਕੀਤਾ ਤੁਹਾਡੇ ਨਾਲ ਵੀ ਐਂ ਹੋਇਆ ਕਿ ਨਹੀਂ ਬਿਲਕੁਲ ਜੀ ਹੋਇਆ ਸਾਡੇ ਨਾਲ ਵੀ ਕਈ ਕਹਿੰਦੇ ਸੀ ਨਜ਼ਾਰਾਂ ਵਾਲੇ ਕੰਮ ਆ ਹਨਾ ਵੀ ਪਹਿਲਾਂ ਜਿਹੜੇ ਟੋਕਦੇ ਹੁੰਦੇ ਸੀ ਹੁਣ ਸਾਨੂੰ ਫੋਨ ਆਉਂਦੇ ਯਾਰ ਸਾਨੂੰ ਕੋਰਸ ਤੇ ਹੀ ਲੈ ਚੱਲਿਆ ਕਰੋ ਵੀ ਹੁਣ ਉਹੀ ਬੰਦਿਆਂ ਦਾ ਵੀ ਦੁਨੀਆਂ ਦਾ ਲਹਿਜਾ ਦੇਖ ਲਓ ਵੀ ਜਿੱਧਰ ਨੂੰ ਹਨਾ ਹਵਾ ਜਾਂਦੀ ਉੱਧਰ ਹੀ ਹੋ ਜਾਂਦੇ ਆ ਪਹਿਲਾਂ ਸਾਨੂੰ ਜਿਹੜੇ ਨਚਾਰ ਕਹਿੰਦੇ ਹੁੰਦੀ ਹੁਣ ਸਾਡੀਆਂ ਮਿਹਨਤਾਂ ਕਰਦੇ ਆ ਕਿ ਬਈ ਯਾਰ ਕੋਰਸ ਤੇ ਲੈ ਜਾਓ ਕਈ ਤਾਂ ਕਹਿਣਗੇ ਯਾਰ ਪੈਸੇ ਚੁਗਣ ਤੇ ਰੱਖ ਲਾ ਪਰ ਇਵੇਂ ਆ ਕਿ ਲੋਕਾਂ ਦਾ ਉਹੀ ਕੰਮ ਨਾਲ ਜਵਾਬ ਦੇਣਾ ਪੈਂਦਾ ਜੇ ਮਿਹਨਤ ਆਪਾਂ ਸੱਚੇ ਦਿਲੋਂ ਲਾ ਕੇ ਕਰਾਂਗੇ ਤਾਂ ਉਹਦਾ ਫਲ ਰੱਬ ਆਪੇ ਦਿੰਦਾ ਕਿਤੇ ਨਾ ਕਿਤੇ ਜ਼ਰੂਰ ਫਲ ਮਿਲਦਾ ਜੀ ਸੋ ਮੋਮ ਡੈਡੀ ਵੀ ਇਹ ਚੀਜ਼ ਦਾ ਪ੍ਰਾਊਡ ਫੀਲ ਕਰਦੇ ਆ ਪਹਿਲਾਂ ਉਹਨਾਂ ਨੂੰ ਵੀ ਹੁੰਦਾ ਕਿ ਕਿੱਦਾਂ ਦਾ ਕੰਮ ਬਟ ਹੌਲੀ ਹੌਲੀ ਹਰੇਕ ਕੰਮ ਦੀਆਂ ਕੈਟਾਗਰੀਜ਼ ਹੁੰਦੀਆਂ ਵੀ ਇੱਦਾਂ ਦਾ ਜੋਨਰ ਕਿੱਦਾਂ ਦਾ ਵੀ ਸਬਜੈਕਟ ਕਿੱਦਾਂ ਦਾ ਚੂਜ਼ ਕਰਦੇ ਆ ਹਨਾ ਉਹਦੇ ਨਾਲ ਜਾਣੀ ਉਹਨਾਂ ਨੂੰ ਲੱਗਾ ਕਿ ਹਾਂ ਸਹੀ ਆ ਸੇਫ ਹੱਥਾਂ 'ਚ ਮੁੰਡਾ ਜੀ ਸਾਡਾ ਫਾਰਮ 'ਚ ਆਇਆ ਮੋਮ ਡੈਡ ਕਹਿੰਦਾ ਜਦੋਂ ਪਹਿਲੀ ਸਟੇਜ ਲਾਈ ਸੀ ਇਕੱਠਿਆਂ ਨੇ ਜਦੋਂ ਪਹਿਲੀ ਵਾਰ ਸਟੇਜ ਦੇ ਉੱਪਰ ਲੋਕਾਂ ਦੇ ਸਾਹਮਣੇ ਗਾਇਆ ਫਿਰ ਉਹ ਕਿਹੋ ਜਿਹਾ ਮਾਹੌਲ ਸੀ ਉਦੋਂ ਮਨ ਦੇ ਉੱਤੇ ਕੀ ਬੀਤ ਰਹੀ ਸੀ ਕੀ ਵਲਵਲੇ ਸੀ ਪਹਿਲੀ ਵਾਰੀ ਤਾਂ ਅਸੀਂ ਸਿਰੀ ਵਾਲੇ ਗਾਇਆ ਸੀਗਾ ਜਦੋਂ ਅਸੀਂ ਮਤਲਬ ਕਾਫੀ ਯਾਰ ਹਾਂਜੀ ਮੁਕਤਸਰ ਸਾਹਿਬ ਨਹੀਂ ਜਿਹੜਾ ਭਗਤੇ ਕੋਲੇ ਸਿਰੀ ਵਾਲੇ ਉੱਥੇ ਗਾਇਆ ਸੀ ਅਸੀਂ ਮਤਲਬ 3500 ਰੁਪਏ ਵਿੱਚ ਅਸੀਂ ਗਾਇਆ ਸੀਗਾ ਜੀ ਪਹਿਲਾ ਪ੍ਰੋਗਰਾਮ ਤੇ ਸਾਨੂੰ ਮਤਲਬ ਉਹ ਥੋੜੇ ਜਿਹੇ ਉੱਪਰ ਹੋ ਕੇ ਤੇ ਸ਼ਾਮ ਨੂੰ 2-300 ਰੁਪਏ ਆ ਗਿਆ ਸੀ ਇੱਕ ਜਣੇ ਨੂੰ ਤੇ ਉਹ ਮਤਲਬ ਸਾਨੂੰ ਉਹੀ ਬਹੁਤ ਲੱਗਦਾ ਵੀ ਯਾਰ ਗਾਉਣ ਦੇ ਪੈਸੇ ਵੀ ਮਿਲਦੇ ਆ ਪਹਿਲਾਂ ਅਸੀਂ ਘਰੇ ਗਾਉਂਦੇ ਹੁੰਦੇ ਸੀਗੇ ਵੀ ਸਟੇਜ ਤੇ ਗਾਇਆ ਅਸੀਂ ਉਹ ਸੀਗੇ ਵੀ ਜ਼ਿਆਦਾ ਜਾਣੇ ਮਤਲਬ ਚਾਰ ਅਸੀਂ ਚਾਰ ਪੰਜ ਜਣੇ ਹੋਰ ਸੀਗੇ ਅਸੀਂ ਉੱਥੇ ਗਾਇਆ ਤੇ ਮਤਲਬ ਉੱਥੇ ਵਧੀਆ ਰਿਸਪੋਂਸ ਮਿਲਿਆ ਸਾਰਿਆਂ ਨੇ ਜਿਵੇਂ ਪਿੰਡਾਂ ਦੀ ਆਡੀਅੰਸ ਹੁੰਦੀ ਸਾਰੇ ਤੁਹਾਨੂੰ ਪਤਾ ਪਿੰਡਾਂ 'ਚ ਸਾਰੇ ਹੀ ਪਿਆਰ ਕਰਦੇ ਆ ਚੱਲ ਅਸੀਂ ਨਵੀਂ ਵਧੀਆ ਵਧੀਆ ਗਾਉਂਦੇ ਤਾਂ ਵੀ ਪਿਆਰ ਕਰਦੇ ਪਿੰਡਾਂ ਵਾਲਾ ਸੁਭਾਅ ਹੀ ਇੱਦਾਂ ਦਾ ਹੁੰਦਾ ਤਾਂ ਉਹ ਬੜਾ ਵਧੀਆ ਐਕਸਪੀਰੀਅੰਸ ਸੀਗਾ ਉਸ ਤੋਂ ਬਾਅਦ ਫਿਰ ਬਾਬੇ ਨਾਨਕ ਦੀ ਕਿਰਪਾ ਨਾਲ ਚੱਲ ਕਿੱਸਾ ਵੀ ਉਸ ਮੇਲੇ ਦੇ ਨਾਲ ਕਿ ਉਦੋਂ ਟੀਮ ਸਾਡੀ 8 ਜਣਿਆਂ ਦੀ ਸੀਗੀ ਹਾਂਜੀ ਉਦੋਂ ਫਿਰ ਪੈਸੇ ਜਣੀ ਆਇਆ ਹੀ 200 ਰੁਪਈਆ ਤਾਂ ਉਹਨਾਂ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਵੀ ਐਂ ਤਾਂ ਨਹੀਂ ਗੱਡੀ ਚੱਲਣੀ ਪਈ ਅੱਜ ਤਾਂ ਤੁਸੀਂ ਆਪਦੇ ਰਾਹ ਅਸੀਂ ਆਪਦੇ ਰਾਹ ਵੀ ਤੁਸੀਂ ਆਪਦੇ ਪਾਇਆ ਕਰੋ ਗਾਣੇ ਗੁਣੇ ਜਿਹੜੇ ਤੁਹਾਡੇ ਗਾਣੇ ਨਾਲ ਆਉਣਗੇ ਤੁਸੀਂ ਬੁੱਕ ਕਰ ਲਓ ਜਿਹੜੇ ਸਾਡੇ ਨਾਲ ਆਉਣਗੇ ਅਸੀਂ ਕਰ ਲਾਂਗੇ ਮਤਲਬ ਇਹ ਆ ਵੀ ਕਦੇ ਕਦਾਈ ਇਹੋ ਜਿਹਾ ਵੇਲਾ ਆਇਆ ਵੀ ਜਦੋਂ ਗਰੁੱਪ ਦੇ ਉੱਤੇ ਖਤਰਾ ਪੈਦਾ ਹੋਇਆ ਹਾਂਜੀ ਕਦੇ ਕਦੇ ਸਮਾਂ ਇਹੋ ਜਿਹਾ ਵੀ ਆਇਆ ਨਹੀਂ ਭਾਈ ਯਾਰ ਏਦਾਂ ਕੋਈ ਤਰੇੜ ਪੈਣ ਲੱਗੀ ਆ ਫਿਰ ਕਿਸੇ ਇੱਕ ਨੇ ਵਿੱਚ ਪੈ ਕੇ ਜਾਂ ਕਿਸੇ ਸਿਆਣੇ ਨੇ ਵਿੱਚ ਪੈ ਕੇ ਕਿਹਾ ਵੀ ਨਹੀਂ ਹਾਂਜੀ ਯਾਰ ਕੋਈ ਗੱਲ ਨਹੀਂ 5000 ਵੱਧ ਕੀ ਘੱਟ ਕੀ ਰਹਿਣਾ ਇਕੱਠੇ ਹੀ ਆ ਹਾਂਜੀ ਨਹੀਂ ਕਦੇ ਦੀ ਕਦੇ ਹੋਈ ਨਹੀਂ ਵੈਸੇ ਗੱਲ ਪੈਸੇ ਦੇ ਮਾਮਲੇ 'ਚ ਤਾਂ ਕਦੇ ਵੀ ਨਹੀਂ ਹੋਈ ਗੱਲ ਉਦਾਂ ਅਸੀਂ ਭਾਵੇਂ ਲੱਖ ਲੜੀ ਜਾਈਏ ਕੱਪੜੇ ਜਿੱਦਾਂ ਹੁਣ ਕੱਪੜਿਆਂ ਦਾ ਜ਼ਿਆਦਾਤਰ ਸਬਰ ਵੀਰੇ ਦਾ ਹੀ ਹੁੰਦਾ ਵੀ ਤੁਸੀਂ ਆਹ ਕੱਪੜੇ ਅੱਜ ਪਾਉਣੇ ਆ ਅੱਜ ਇੱਦਾਂ ਇਹਨੂੰ ਮਤਲਬ ਜਿੱਦਾਂ ਸਵੇਰੇ ਉੱਠ ਕੇ ਜਵਾਕ ਮਾਂ ਨੂੰ ਪੁੱਛਦਾ ਹੁੰਦਾ ਮੰਮੀ ਅੱਜ ਵੀ ਕੀ ਬਣਾਇਆ ਖਾਣੇ 'ਚ ਅਸੀਂ ਇਹਨੂੰ ਫੋਨ ਲਾਉਣਾ ਖੋਖਰ ਅੱਜ ਕਿਹੜੇ ਕੱਪੜੇ ਪਾਉਣੇ ਵੀਰੇ ਦੱਸੀ ਮਾੜਾ ਜਿਹਾ ਹਨਾ ਵੀ ਫਿਰ ਪੱਗ ਉਹ ਚੱਕੀ ਅੰਗਰੇਜ਼ੀ 'ਚ ਕਰਕੇ ਡਰੈਸਿੰਗ ਸੈਂਸ ਪਤਾ ਨਹੀਂ ਹਾਂ ਇਹਨੂੰ ਹਾਂਜੀ ਸਾਰੇ ਇਹਨੇ ਕਰਨੇ ਉਹ ਕੰਮ ਹਨਾ ਸਾਰਿਆਂ ਦੇ ਕੰਮ ਵੰਡੇ ਆ ਜੀ ਤੇ ਜਿਹੜੇ ਜਿਸ ਕਰਨੇ ਅਸੀਂ ਦਿੱਤੇ ਹੋਇਆ ਕੰਮ ਉਹ ਤਾਂ ਅਸੀਂ ਕਹਿ ਕੂ ਕੇ ਫਿਰ ਕਰਵਾਈਏ ਉਹ ਕਹਿ ਕੂ ਕੇ ਵੀ ਮਿਲਦੇ ਨਹੀਂ ਕਿਉਂਕਿ ਕਹਿ ਕੂ ਕੇ ਵੀ ਗਾਣੇ ਗੁਣੇ ਸਾਨੂੰ 3-3 ਘੰਟੇ ਕੋਲੇ ਬੈਠਣਾ ਪੈਂਦਾ ਫਿਰ ਮਿਲਦਾ ਹਾਂ ਚੌਂਕੀ ਪਰ ਨਹੀਂ ਪੈਂਦੀ ਪਹਿਲਾਂ ਨਹੀਂ ਪੈਂਦੀ ਅਸਲ 'ਚ ਗੱਲ ਹੈਗੀ ਇਹ ਸਾਰੇ ਹੈਗੇ ਦੋ ਦੋ ਭਰਾ ਜੀ ਮੈਂ ਹੈਗਾ ਇਕੱਲਾ ਹੁਣ ਇਕੱਲੀ ਜਿੰਦ 100 ਸਿਆਪੇ ਉਹ ਗੱਲ ਹੋ ਜਾਂਦੀ ਹੈ ਜੀ ਫਿਰ ਘਰ ਬਾਰ ਦਾ ਦੇਖਣਾ ਪਸ਼ੂ ਹੱਲ ਵੀ ਹੋਣਾ ਪੈਂਦਾ ਤੇ ਇੱਕ ਹੁਣ ਘਰ ਪਾਈ ਜਾਂਦੇ ਆ ਉਧਰਲੇ ਪਾਸੇ ਮਿਸਤਰੀ ਲਹੂ ਪੀ ਲੈਂਦੇ ਆ ਤਾਂ ਉਹ ਮਿਸਤਰੀ ਨੂੰ ਵੀ ਗੋਲੀ ਪਾਏ ਹੁੰਦੇ ਆਇਆ ਰੇਤਾ ਆਇਆ ਹੁਣ ਆਇਆ ਰੇਤਾ ਉਹ ਦੋ ਦੋ ਦਿਨ ਬੈਠੇ ਰੇਤਾ ਹੀ ਡਿੱਕੀ ਜਾਂਦਾ ਰੇਤਾ ਆਊਗਾ ਬਟ ਉਹ ਫੇਰ ਹੀ ਪਲਾਸਟਰ ਕਰਾਂਗੇ ਤੜਾ ਸਭ ਹੌਲੀ ਹੌਲੀ ਅੰਦਰਲੀਆਂ ਗੱਲਾਂ ਖੁੱਲ ਰਹੀਆਂ ਨੇ ਮੇਰਾ ਇੱਕ ਦੋਸਤ
ਉਹਨਾਂ ਦਾ ਘਰ ਮੇਰਾ ਖਿਆਲ ਮੈਨੂੰ ਕਹਿੰਦੇ ਵੀ ਹਾਲੇ ਨਾ ਸਵਰਨ ਵੀਰੇ ਸਾਲ ਕੁ ਹੋਰ ਲੱਗ ਜਾਣਾ ਬਣਨ ਤੇ ਮੈਂ ਕਿਹਾ ਵੀ ਨਾ ਜਿਵੇਂ ਤਾਜ ਮਹਿਲ ਜਦੋਂ ਬਣ ਗਿਆ ਤੇ ਜਿਵੇਂ ਮਿਸਤਰੀ ਨਾਲ ਕੀਤੀ ਸੀ ਇੱਥੇ ਉਵੇਂ ਕਰੀ ਕਿਤੇ ਹੋਰ ਨਾ ਨਕਸ਼ਾ ਲੈ ਜਾਣਾ ਵੀ ਇਹਨਾਂ ਨੇ 2.5 ਸਾਲ ਲਾਤੇ ਇੱਥੇ ਹੈਗਾ ਵੈਸੇ ਹਾਲ ਇਹਦਾ ਵੀ ਸੇਮ ਹੀ ਹੈ ਜੀ ਇਹਨੇ ਨਕਸ਼ਾ ਬਣਵਾਇਆ ਕਿਸੇ ਬੰਦੇ ਤੋਂ ਉਹ ਇਹਨੂੰ ਪਸੰਦ ਨਹੀਂ ਆਇਆ ਮਤਲਬ ਸਾਡੇ ਚੋਂ ਡਿਜੀਟਲ ਵੀ ਜ਼ਿਆਦਾ ਇਹੀ ਆ ਬੰਦਾ ਸਾਡੇ ਚੋਂ ਮਤਲਬ ਜਿਹੜੇ ਕੰਮਾਂ ਨੂੰ ਇਹ ਕਰਦਾ ਵੀ ਇਹਨੇ ਫਿਰ ਉਹ ਕੋਈ ਐਪ ਡਾਊਨਲੋਡ ਕੀਤੀ ਉਹ 'ਚ 3D ਬਣਦਾ ਪਤਾ ਨਹੀਂ ਕੀ ਬਣਦਾ ਉਹ ਫਿਰ ਇਹ ਰੋਜ਼ ਇੱਕ ਨਵਾਂ ਜੰਗਲਾ ਢਾ ਦਿੰਦਾ ਉਹ ਤੇ ਨਵਾਂ ਮੈਂ ਕਿਹਾ ਤੇਰਾ ਮਿਸਤਰੀ ਵੀ ਕਨਫਿਊਜ਼ ਹੋਣਾ ਵੀ ਭਰਾਵਾ ਸੱਚੀ ਸੱਚੀ ਦੱਸ ਬਣਾਉਣਾ ਕੀ ਆ ਪਹਿਲਾਂ ਮਿਸਤਰੀ ਸੁਬਾਹ ਜਾਂਦੇ ਹੀ ਪਹਿਲਾਂ ਮੇਰੇ ਮਜੇ ਦੇ ਬਈ ਅੱਜ ਕੀ ਚੇਂਜ ਕਰਨਾ ਦੱਸ ਕਿਹੜੀ ਵਾਰੀ ਕਿਹੜਾ ਪੱਟ ਕੇ ਲਾਉਣੀ ਉਹਨਾਂ ਨੂੰ ਕਿਹਾ ਵਾਰੀ ਅਸੀਂ ਤਾਂ ਲਾ ਤਾਂ ਦਿੱਤੀ ਤੋਂ ਪੁੱਛੇ ਹੁਣ ਅੱਜ ਪੱਟਣੀ ਪੈਣੀ ਹੈ ਸੋ ਇਹ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਹੁੰਦਾ ਕਿ ਪਹਿਲਾਂ ਹੀ ਪੁੱਛ ਲਈਏ ਜੀ ਵਾਹ ਤੇ ਤੁਸੀਂ ਸਾਰੇ ਸਿਰਫ ਗਾਇਕੀ ਹੀ ਕਰਦੇ ਹੋ ਕਿ ਇਸ ਤੋਂ ਇਲਾਵਾ ਵੀ ਕੋਈ ਨੌਕਰੀ ਕੋਈ ਹੋਰ ਕੰਮ ਵੀ ਕਰਦੇ ਹੋ ਫਿਲਹਾਲ ਤਾਂ ਹੁਣ ਤਾਂ ਗਾਇਕੀ ਹੀ ਕਰ ਰਹੇ ਹਾਂ ਤਾਂ ਫੁੱਲ ਟਾਈਮ ਸਾਰਾ ਇੱਧਰ ਹੀ ਆ ਜੀ ਹਾਂਜੀ ਸਾਰੇ ਜਾਣੇ ਪੜ੍ਹਾਈ ਸਾਰਿਆਂ ਦੀ ਤਕਰੀਬਨ ਪੂਰੀ ਹੋ ਗਈ ਹੈ ਜੀ ਜੇ ਬਾਈ ਤੁਸੀਂ ਗਾਇਕ ਨਾ ਹੁੰਦੇ ਇਕੱਠੇ ਨਾ ਹੁੰਦੇ ਤੇ ਫਿਰ ਵੀ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਸੁਪਨਾ ਤਾਂ ਹੋਣਾ ਹੀ ਨਾ ਕਿ ਮੈਂ ਆਹ ਬਣਨਾ ਮੈਂ ਆਹ ਬਣਨਾ ਮੈਂ ਆਹ ਬਣਨਾ ਤੇ ਮੈਂ ਆਹ ਬਣਨਾ ਉਹ ਕਿਹੜਾ ਕਿਹੜਾ ਸੁਪਨਾ ਸੀਗਾ ਮੈਂ ਤਾਂ ਫਿਰ ਸ਼ਾਇਦ ਖੇਤੀਬਾੜੀ ਹੀ ਕਰਦਾ ਹੁੰਦਾ ਜੀ ਕਿਉਂਕਿ ਸਾਰੇ ਫਾਦਰ ਸਾਹਿਬ ਮੇਰੇ ਮਤਲਬ ਦਾਦਾ ਸਾਰੇ ਉਹੀ ਕੰਮ ਕਰਦੇ ਜਿਹੜਾ ਆਪਣਾ ਹੁੰਦਾ ਪਿਤਾ ਪੁਰਖੀ ਫਿਰ ਸ਼ਾਇਦ ਖੇਤੀਬਾੜੀ ਵੀ ਕਰਦੇ ਹੁੰਦੇ ਜੀ ਪਰ ਜਾਣੀ ਸੀਗਾ ਵੀ ਗਾਵਾਂਗੇ ਚਲੋ ਸਟੇਜਾਂ ਤੇ ਨਾ ਗਾਵਾਂਗੇ ਚਲੋ ਘਰੇ ਬੈਠ ਕੇ ਤਾਂ ਗਾਵਾਂਗੇ ਪਰ ਗਾਉਂਦੇ ਤਾਂ ਫਿਰ ਵੀ ਰਹਿਣਾ ਹੀ ਸੀਗਾ ਚਲੋ ਕਮਰੇ 'ਚ ਗਾਈ ਜਾਂਦੇ ਬਸ ਸਟੇਜਾਂ ਤੇ ਨਾ ਗਾਉਂਦੇ ਪਰ ਗਾਉਂਦੇ ਹੀ ਰਹਿਣਾ ਸੀਗਾ ਤੁਹਾਡਾ ਬਾਈ ਮੈਂ ਤਾਂ ਕੋਈ ਦਿਹਾੜੀ ਦਿਹੁੜੀ ਕਰਦਾ ਹੋਣਾ ਸੀ ਫਿਰ ਕਿਉਂਕਿ ਪਰਿਵਾਰ 'ਚ ਗਰੀਬੀ ਬਹੁਤ ਸੀਗੀ ਤੇ ਮੈਂ ਹੀ ਇੱਕ ਇੱਦਾਂ ਦਾ ਉੱਠਿਆ ਸੀਗਾ ਸਿਸਟਰ ਸੀ ਭੈਣਾਂ ਸੀ ਮੇਰੀਆਂ ਪੜ੍ਹਾਇਆ ਉਹਨਾਂ ਨੂੰ ਬਹੁਤ ਜ਼ਿਆਦਾ ਖੂਬ PhD ਵੀ ਕਰਾਈ ਉਹਨਾਂ ਨੂੰ ਵੱਡੀ ਭੈਣ ਮੇਰੀ ਪੰਜਾਬ ਵਿਧਾਨ ਸਭਾ ਇੱਕ ਲੱਗੀ ਹੋਈ ਆ ਤੇ ਸਾਰਿਆਂ ਨੂੰ ਵਧੀਆ ਪੜ੍ਹਾਇਆ ਉਹਨਾਂ ਨੂੰ ਮੈਨੂੰ ਤਾਂ ਇਹ ਸੀ ਮੈਂ ਛੋਟਾ ਸਾਰਿਆਂ ਤੋਂ 10-10, 11-11 ਸਾਲ ਤੇ ਮੈਨੂੰ ਇਹ ਸੀ ਵੀ ਇਹਨਾਂ ਨੂੰ ਪੜ੍ਹਾਉਣਾ ਭੈਣ ਹੁਣਾਂ ਨੂੰ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਵੀ ਆਪ ਘੱਟ ਵੀ ਦਾ ਜੀ ਤਾਂ ਕੋਈ ਚੱਕਰ ਨਹੀਂ ਕੋਈ ਕੰਮ ਕਰ ਲਾਂਗੇ ਤੇ ਪਰ ਪਤਾ ਹੀ ਨਹੀਂ ਲੱਗਿਆ ਆ ਤਾਂ ਕਿਹੜੇ ਵੇਲੇ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸਾਰਾ ਟੀਚਰ ਸਾਹਿਬਾਨਾਂ ਦਾ ਯੋਗਦਾਨ ਮਾਂ ਬਾਪ ਦਾ ਬਹੁਤ ਵੱਡਾ ਯੋਗਦਾਨ ਬਿਲਕੁਲ ਤੇ ਬਾਈ ਜੀ ਆਪਾਂ ਕੀ ਕਰਨਾ ਸੀ ਫਿਰ ਗਾਣੇ ਲਿਖਣੇ ਸੀ ਗਾਣੇ ਤਾਂ ਲਿਖਦੇ ਸੀ ਬਾਹਰ ਜਾਣ ਦਾ ਬੜਾ ਸ਼ੌਂਕ ਸੀਗਾ ਜੀ ਕਿਸੇ ਨਾ ਕਿਸੇ ਪਾਸੇ ਜਿੱਕ ਜੁੱਕ ਲਾ ਕੇ ਜਾਈ ਵੜਦੇ ਹੁੰਦੇ ਹਾਂਜੀ ਪਤਾ ਲੱਗਦਾ ਵੀ ਮੈਕਸੀਕੋ ਵਾਲੇ ਪਾਸੇ ਚਲੇ ਗਏ ਹੈ ਪਨਾਮਾ ਦਾ ਜੰਗਲ ਪਾਰ ਕਰ ਲਿਆ ਕੱਲ ਟੱਪਣ ਦੇ ਵਿੱਚ 2 ਦਿਨ ਬਾਕੀ ਹੈ ਇਹੀ ਹੋਣਾ ਸੀ ਫਿਰ ਤਾਂ ਜੀ ਤੇ ਆਪਾਂ ਕੋਈ ਨਕਸ਼ੇ ਨੁਕਸ਼ਿਆਂ ਵਾਲਾ ਕੰਮ ਤਾਂ ਨਹੀਂ ਸੋਚਿਆ ਹੋਇਆ ਸੀ ਇਹ ਪਹਿਲਾਂ ਟੰਗਾ ਡਾਕਟਰ ਵੀ ਹੁੰਦਾ ਸੀਗਾ ਜੀ ਵਾਹ ਵਾਹ ਮੇਰਾ ਤਾਂ ਜੀ ਸੀਗਾ ਚੱਲ ਸ਼ੁਰੂ ਤੋਂ ਮੇਰੀ ਵੀ ਜੱਟ ਸਿੱਖ ਪਰਿਵਾਰ ਚੋਂ ਪਰ ਜਿਹੜਾ ਹੈਗਾ ਖਾੜਕੂਆ ਮੇਰੇ ਪਰਿਵਾਰ ਨੇ ਬਹੁਤ ਤਸ਼ੱਦਦ ਹਟਾਇਆ ਜਾਨੀ ਪੁਲਿਸ ਦਾ ਬਹੁਤ ਤਸ਼ੱਦਦ ਰਿਹਾ ਕਰਕੇ ਸਾਡੀ ਸਾਰੀ ਪੈਲੀ ਵਹਿ ਗਈ ਸੀ ਜ਼ਮੀਨ ਵਹਿ ਗਈ ਸੀ ਫਿਰ ਭੈਣਾਂ ਨੂੰ ਪੜ੍ਹਾਉਣਾ ਸੀ ਸਾਰਾ ਬਾਪੂ ਇੰਨਾ ਖਰਚਾ ਨਹੀਂ ਤੋੜਨ ਜੋਗਾ ਸੀ ਫਿਰ ਜਦੋਂ ਹਾਲਾਤ ਪਤਾ ਲੱਗੇ ਮੈਨੂੰ ਫਿਰ ਮੇਰਾ ਸੁਪਨਾ ਸੀ ਮਿਊਜ਼ਿਕ ਡਾਇਰੈਕਟਰ ਬਣਦਾ ਜੀ ਤਾਂ ਫਿਰ ਮੈਂ ਉਦੋਂ ਮਲਵਈ ਕੀਤਾ ਸਾਡੇ ਕਪਤਾਨ ਸਿੰਘ ਹੁੰਦੇ ਸੀ ਉੱਥੇ ਪ੍ਰਿੰਸੀਪਲ ਉਹਨਾਂ ਦੀ ਟੀਮ ਸੀਗੀ ਉਹ ਜਾਣੀ ਕੋਚਿੰਗ ਦਿੰਦੇ ਸੀ ਫਿਰ ਮੈਂ ਉਹ ਜੁਆਇਨ ਕਰਿਆ ਉਹਨਾਂ ਨਾਲ ਪ੍ਰੋਗਰਾਮ ਲਾ ਕੇ ਜਿਹੜੇ ਪੈਸੇ ਮੇਰੇ ਇਕੱਠੇ ਹੁੰਦੇ ਸੀ ਫਿਰ ਮੈਂ ਮਿਊਜ਼ਿਕ ਦੀਆਂ ਕਲਾਸਾਂ ਲਾਉਣ ਆਉਂਦਾ ਸੀ ਚੰਡੀਗੜ੍ਹ ਜਾਂ ਖੰਨੇ ਉਹ ਚੀਜ਼ ਦੇ ਨਾਲ ਥੋੜ੍ਹਾ ਥੋੜ੍ਹਾ ਮੈਂ ਉਹਦੀ ਜਾਣਕਾਰੀ ਹਾਸਲ ਕੀਤੀ ਅਤੇ ਮੈਂ ਛੋਟਾ ਜਿਹਾ ਸਟੂਡੀਓ ਬਣਾਇਆ ਜਿਹਦੇ ਜ਼ਰੀਏ ਇਹ ਮੈਨੂੰ ਮਿਲੇ ਸੀਗੇ ਸਾਰੇ ਵੀਰੇ ਬਹੁਤ ਹਾਂਜੀ ਹਾਂਜੀ ਤਾਂ ਉਹਨਾਂ ਕਰਕੇ ਬਸ ਫਿਰ ਮੈਂ ਮਿਊਜ਼ਿਕ ਦਾ ਹੀ ਕੰਮ ਕਰਨਾ ਸੀ ਫਿਰ ਬਹੁਤ ਖੂਬ ਹੈ ਜੀ ਇਹ ਵੀ ਗਾਇਕੀ ਦਾ ਇੱਕ ਉਹ ਰੂਪ ਆ ਸਾਨੂੰ ਸਾਡੇ ਸਾਰੇ ਹੀ ਭੈਣਾਂ ਵੀਰਾਂ ਦੇ ਉੱਤੇ ਜਿਹੜੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਗਏ ਆ ਜੀ ਭਾਵੇਂ ਉਹ ਡਾਲਰਾਂ ਵਾਲੇ ਦੇਸ਼ ਦੇ ਵਿੱਚ ਤੇ ਭਾਵੇਂ ਡਰਾਮਾ ਵਾਲੇ ਤੇ ਭਾਵੇਂ ਪਾਉਂਡਾ ਵਾਲੇ ਦੇ ਵਿੱਚ ਭਾਵੇਂ ਯੂਰੋ ਵਾਲੇ ਦੇ ਵਿੱਚ ਜੀ ਉਹਨਾਂ ਦੇ ਉੱਤੇ ਬਹੁਤ ਸਾਨੂੰ ਮਾਣ ਆ ਉਹ ਆਪਣੇ ਵਤਨ ਦੇ ਲਈ ਆਪਦੇ ਪੰਜਾਬ ਦੇ ਲਈ ਆਪਦੇ ਟੱਬਰ ਦੇ ਲਈ ਆਪਣੀਆਂ ਗਲੀਆਂ ਦੇ ਲਈ ਆਪਣੇ ਖੇਤਾਂ ਦੇ ਲਈ ਇੰਨਾ ਕੁਝ ਸੋਚਦੇ ਆ ਤੇ ਸਭ ਦੇ ਬਾਪੂ ਸਲਾਮਤ ਰਹਿਣ ਸਭ ਦੇ ਬਾਪੂ ਚੜ੍ਹਦੀ ਕਲਾ ਦੇ ਵਿੱਚ ਰਹਿਣ ਮੇਰੇ ਬਾਪੂ ਜੀ ਹੈ ਨੀ ਇਸ ਗੱਲ ਦੀ ਪੀੜ ਤੇ ਇਸ ਗੱਲ ਦੀ ਚੀਸ ਦਾ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਕੋਲੇ ਬਾਪੂ ਹੈ ਨੀ ਤੇ ਜਿਨ੍ਹਾਂ ਜਿਨ੍ਹਾਂ ਦੇ ਹੈਗੇ ਸੇਵਾ ਕਰ ਲਓ ਜੇਬਾਂ ਬਾਪੂ ਦੀਆਂ ਭਰ ਦਿਓ ਕਿਉਂਕਿ ਉਹਦੀਆਂ ਜੇਬਾਂ ਖਾਲੀ ਵੀ ਤੁਹਾਨੂੰ ਕਾਮਯਾਬ ਕਰਨ ਵਾਸਤੇ ਹੋਈਆਂ ਬਿਲਕੁਲ ਸਹੀ ਬਿਲਕੁਲ ਜੀ ਬਾਈ ਜੀ ਕੋਈ ਇਹੋ ਜਿਹੀ ਗੱਲ ਜਿਹੜੀ ਕਦੇ ਬਲੂੰਦਰ ਗਈ ਹੋਵੇ ਵੀ ਯਾਰ ਅਸੀਂ ਚੰਗੇ ਭਲੇ ਇਕੱਠੇ ਰਹਿੰਦੇ ਹਾਂ ਤੇ ਆਹ ਬੰਦਾ ਨਾ ਕੋਈ ਛੁਰਲੀ ਛੱਡਣੋਂ ਬਾਜ਼ ਨਹੀਂ ਆਉਂਦਾ ਕਿਉਂਕਿ ਮੈਂ ਬਹੁਤ ਸਾਰੇ ਕਲਾਕਾਰਾਂ ਨੂੰ ਮਿਲਿਆ ਕਿਸੇ ਵੇਲੇ ਭੁਪਿੰਦਰ ਗਿੱਲ ਤੇ ਮਿਸ ਨੀਲਮ ਦੀ ਤੂਤੀ ਬੋਲਦੀ ਹੁੰਦੀ ਸੀ ਉਹ ਦੋਵੇਂ ਸਾਡੇ ਸਤਿਕਾਰਯੋਗ ਹੁਣ ਵੀ ਪਰ ਕਈ ਕਾਰਨ ਬਣ ਗਏ ਕਿਸੇ ਵੇਲੇ ਆਤਮਾ ਤੇ ਅਮਨ ਰੋਜ਼ੀ ਦੀ ਤੂਤੀ ਬੋਲਦੀ ਸੀ ਪਰ ਕਈ ਕਾਰਨਾਂ ਕਰਕੇ ਅੱਡ ਹੋ ਗਏ ਕਿਸੇ ਵੇਲੇ ਸਦੀਕ ਸਾਹਿਬ ਤੇ ਰਣਜੀਤ ਕੌਰ ਦੀ ਝੱਡੀ ਸੀ ਪਰ ਕਈ ਕਾਰਨਾਂ ਕਰਕੇ ਅੱਡ ਹੋ ਗਏ ਉਹ ਜਦੋਂ ਕੋਈ ਅੱਡ ਜੇ ਕਰਨ ਵਾਲੀ ਗੱਲ ਕਰਦਾ ਫਿਰ ਤੁਸੀਂ ਕਹਿੰਦੇ ਕੀ ਹੋ ਆਉਂਦੇ ਉਹਦਾ ਅੱਡ ਜੇ ਕਰਨ ਵਾਲੇ ਮਾੜੇ ਮੋਟਾ ਹੁੰਦਾ ਜੀ ਇਦਾਂ ਬਹੁਤ ਹੁੰਦੇ ਆ ਕਿ ਆਦਮ ਨੂੰ ਕਾਲ ਆਊਗੀ ਯਾਰ ਤੂੰ ਆ ਜਾ ਬਾਹਰ ਤੈਨੂੰ ਕੈਨੇਡਾ ਤੇਰੇ ਇਕੱਲੇ ਦਾ ਲਵਾ ਦਿੰਦੇ ਆ ਜਾਂ ਸਾਨੂੰ ਕਹਿਣਗੇ ਕੋਈ ਤੂੰ ਇਕੱਲਾ ਇਕੱਲਾ ਆ ਜਾ ਪਰ ਅਸੀਂ ਸਮਝਦੇ ਹਾਂ ਕਿ ਉਹ ਨਾ ਉੱਥੇ ਸਰੋਤਿਆਂ ਦੀਆਂ ਦੁਆਵਾਂ ਵੀ ਕੰਮ ਕਰਦੀਆਂ ਹਨਾ
ਉਹ ਦੁਆਵਾਂ ਵੀ ਕੰਮ ਆ ਜਾਂਦੀ ਕਿ ਰੱਬ ਉੱਥੇ ਰੱਬ ਉੱਥੇ ਆਪ ਸਹਾਈ ਹੋ ਕੇ ਹੈ ਨਾ ਸਾਡੀ ਹੈਲਪ ਕਰਦਾ ਵੀ ਸਾਡੇ 'ਚ ਕਦੇ ਦਰਾੜ ਨਹੀਂ ਪਈ ਕਦੇ ਵੀ ਆਜ਼ਮ ਸ਼ੇਅਰ ਕਰ ਦਿੰਦਾ ਯਾਰ ਮੈਨੂੰ ਇਕੱਲੇ ਨੂੰ ਆਈ ਜਾਂਦਾ ਮੈਂ ਜਵਾਬ ਦਿੱਤਾ ਉਹਨਾਂ ਨੂੰ ਮੈਂ ਕਿਹਾ ਵੀ ਸਾਰੀ ਟੀਮ ਦਾ ਹੀ ਸਾਨੂੰ ਜੇ ਕਰਨਾ ਤਾਂ ਸਾਡੀ ਸਾਰੀ ਟੀਮ ਇਮੋਸ਼ਨਲੀ ਤੁਸੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਹੋ ਬਾਈ ਕੰਮ ਪ੍ਰਤੀ ਤਾਂ ਜਿਹੜੇ ਅਸੀਂ ਇੱਕ ਦੂਜੇ ਨਾਲ ਜੁੜੇ ਹਾਂ ਉਹ ਵੱਖਰੀ ਗੱਲ ਆ ਇਮੋਸ਼ਨਲੀ ਬਹੁਤ ਜੁੜੇ ਹਾਂ ਅਸੀਂ ਇੱਕ ਦੂਜੇ ਨਾਲ ਮਤਲਬ ਜੇ ਕੋਈ ਮੈਨੂੰ ਪ੍ਰੋਬਲਮ ਆ ਮੈਂ ਛੋਟਾ ਹਾਂ ਨਾ ਸਾਰਿਆਂ ਨਾਲੋਂ ਲੱਗਦਾ ਵੱਡਾ ਤੇ ਜੇ ਮੈਨੂੰ ਕੋਈ ਪ੍ਰੋਬਲਮ ਆ ਤਾਂ ਮੈਂ ਇਹਨਾਂ ਨਾਲ ਸ਼ੇਅਰ ਕਰਦਾ ਤੇ ਮੇਰੇ ਨਾਲ ਖੜਦੇ ਆ ਕਿਉਂਕਿ ਮੈਂ ਬਹੁਤ ਜ਼ਿਆਦਾ ਗਰੀਬੀ 'ਚ ਉੱਠਿਆ ਤੇ ਇਹਨਾਂ ਦਾ ਮਤਲਬ ਤੁਸੀਂ ਲਾ ਲਓ ਵੀ 100% ਇਹਨਾਂ ਦਾ ਸਾਥ ਆ ਮੇਰੇ ਨਾਲ ਬਹੁਤ ਚੰਗੀ ਗੱਲ ਆ ਬਾਈ ਜੀ ਤੁਹਾਡੇ ਸਾਰਿਆਂ ਤੇ ਮਾਣ ਆ ਯਾਰ ਇਹ ਸਾਥ ਸਦਾ ਹੀ ਬਣਿਆ ਸਾਥ ਜਿਵੇਂ ਹੀ ਇੱਕ ਦੂਜੇ ਦਾ ਨਿਭਾਉਂਦੇ ਰਹੋ ਕਿਉਂਕਿ ਜਦੋਂ ਰੁਪਈਆਂ ਦੀ ਗੱਲ ਆਉਂਦੀ ਨਾ ਕਈ ਵਾਰੀ ਵਿੱਥ ਪੈ ਜਾਂਦੀ ਹੈ ਤੇ ਇੱਕ ਵਾਰ ਵਿੱਥ ਪਈ ਨਾ ਬਾਅਦ ਵਿੱਚ ਤੰਗ ਬਹੁਤ ਕਰਦੀ ਹੈ ਮੈਨੂੰ ਨਾ ਸਾਡੇ ਕਾਮਰੇਡ ਜਗਜੀਤ ਸਿੰਘ ਆਨੰਦ ਹੋਰੀ ਕਹਿੰਦੇ ਹੁੰਦੇ ਸੀ ਪੁੱਤ ਕਹਿੰਦੇ ਜ਼ਿੰਦਗੀ ਦਾ ਤਜਰਬਾ ਇਹ ਆ ਕਿ ਰੋਸੇ ਨੂੰ ਕਦੇ ਰਾਤ ਨਹੀਂ ਪੈਣ ਦੇਣੀ ਮੈਨੂੰ ਸਮਝ ਨਹੀਂ ਸੀ ਹੁੰਦੀ ਪਰ ਹੁਣ ਸਮਝ ਆਉਂਦੀ ਆ ਵੀ ਕਾਰੋਬਾਰ ਵੀ ਕਿਵੇਂ ਪ੍ਰਭਾਵਿਤ ਹੋ ਜਾਂਦੇ ਆ ਜ਼ਿੰਦਗੀਆਂ ਕਿਵੇਂ ਪ੍ਰਭਾਵਿਤ ਹੋ ਜਾਂਦੀਆਂ ਵੀ ਜਦੋਂ ਅਗਲਾ ਦਿਨ ਚੜ ਜਾਂਦਾ ਨਾ ਇਹ ਲੱਗਦਾ ਵੀ 24 ਘੰਟੇ ਹੋ ਗਏ ਯਾਰ ਲੜਿਆ ਇਹ 24 ਘੰਟੇ ਨਹੀਂ 24 ਮਿੰਟਾਂ 'ਚ ਮੰਨ ਜਾਣਾ ਚਾਹੀਦਾ ਬਾਈ ਜੀ ਕਦੇ ਜਿਵੇਂ ਤੁਸੀਂ ਆਲਮ ਸਾਹਿਬ ਹੋ ਤੇ ਇਸ ਤਰੀਕੇ ਦੇ ਨਾਲ ਤੁਸੀਂ ਇਕੱਠੇ ਰਹਿੰਦੇ ਹੋ ਪੰਜਾਬ ਦੇ ਵਿੱਚ ਅਸੀਂ ਬਹੁ ਗਿਣਤੀ ਹਾਂ ਤੇ ਤੁਸੀਂ ਬਾਈ ਜੀ ਨੂੰ ਹਿੱਕ ਦੇ ਨਾਲ ਲਾ ਕੇ ਰੱਖਿਆ ਤੇ ਸਾਨੂੰ ਸਰਕਾਰ ਕੇਂਦਰ ਦੀ ਉਵੇਂ ਹਿੱਕ ਨਾਲ ਲਾ ਕੇ ਰੱਖੇ ਯਾਰ ਅਸੀਂ ਭਾਵੇਂ ਘੱਟ ਗਿਣਤੀ ਹਾਂ ਪਰ ਅਸੀਂ ਪੰਜਾਬ ਦੇ ਵਿੱਚ ਬੱਲੇ ਬੱਲੇ ਆ ਥੋੜੀ ਤਾਂ ਵੈਸੇ ਹੀ ਬੱਲੇ ਬੱਲੇ ਬਾਈ ਜੀ ਕਦੇ ਇਉਂ ਜੇ ਲੱਗਾ ਵੀ ਯਾਰ ਜਦੋਂ ਦਸਤਾਰ ਸਜਾਈ ਆ ਤੇ ਕਿਸੇ ਰਿਸ਼ਤੇਦਾਰ ਨੇ ਕਿਹਾ ਹੋਵੇ ਲੈ ਅੱਛਾ ਹੁਣ ਤੂੰ ਉਹਨਾਂ ਦੇ ਰੰਗ 'ਚ ਰੰਗਿਆ ਗਿਆ ਨਹੀਂ ਫਾਦਰ ਸਾਹਿਬ ਦਾ ਵੀ ਅੰਮ੍ਰਿਤ ਛਕਿਆ ਹੋਇਆ ਜੀ ਵਾਹ ਵਾਹ ਸਿਸਟਰ ਉਹਨਾਂ ਦੇ ਵੀ ਅੰਮ੍ਰਿਤ ਛਕਿਆ ਢਾਡੀ ਜੱਥਾ ਵੀ ਸੀਗਾ ਸਗਾ ਜਦੋਂ ਮੈਂ ਉਹਨਾਂ ਨਾਲੋਂ ਹਟ ਕੇ ਇੱਧਰ ਲੈਣ 'ਚ ਆਇਆ ਮਤਲਬ ਇੱਕ ਟਾਈਮ ਲਈ ਫਾਦਰ ਸਾਹਿਬ ਥੋੜ੍ਹਾ ਜਿਹਾ ਮੇਰੇ ਨਾਲ ਗੁੱਸੇ ਰਹਿੰਦੇ ਸੀ ਵੀ ਤੂੰ ਇੱਧਰ ਨੂੰ ਚੱਲਿਆ ਹਨਾ ਮੈਂ ਕਿਤੇ ਨਾ ਕਿਤੇ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ ਭਾਵਾਂ ਅੱਜ ਕੱਲ੍ਹ ਇਹ ਚੀਜ਼ਾਂ ਸੱਚ ਬੋਲਣ ਤੋਂ ਹਰ ਇੱਕ ਬੰਦਾ ਡਰਦਾ ਹਨਾ ਜੇ ਸਾਡੀਆਂ ਕੌਮਾਂ ਸਾਡੇ ਬੱਚਿਆਂ ਨੂੰ ਸਾਂਭਣ ਜਿਹੜੇ ਅੱਗੇ ਆਉਂਦੇ ਆ ਉਹਨਾਂ ਨੂੰ ਪਿੱਛੇ ਨਾ ਕਰਨ ਉਹਨਾਂ ਨੂੰ ਅੱਗੇ ਆਉਣ ਦਿਓ ਜੇ ਉਹ ਬੋਲਦੇ ਆ ਜੇ ਉਹ ਕੋਈ ਸੱਚ ਬੋਲਦੇ ਉਹਨਾਂ ਨੂੰ ਅੱਗੇ ਆਉਣ ਦਿਓ ਉਹਨਾਂ ਨੂੰ ਪਿੱਛੇ ਨਾ ਕਰੋ ਜੇ ਕੋਈ ਬੰਦਾ ਕਿਸੇ ਚੀਜ਼ ਨਾਲ ਉਹ ਟੁੱਟਦਾ ਆ ਉਹ ਦੇਖ ਕੇ ਟੁੱਟਦਾ ਆ ਵੀ ਆਹ ਚੀਜ਼ ਦੇ ਵਿੱਚ ਹੁਣ ਆਪਾਂ ਸਾਰੇ ਕਹਿ ਦਿੰਦੇ ਵੀ ਇਤਿਹਾਸ ਤੁਸੀਂ ਗਾਓ ਹੁਣ ਦੇ ਟਾਈਮ ਦੇ ਵਿੱਚ ਅਸੀਂ ਹੁਣ 2.5-3 ਲੱਖ ਰੁਪਇਆ ਲੈਣਾ ਸਾਨੂੰ ਭਰਦੇ ਆ ਢਾਡੀਆਂ ਨੂੰ 1100 ਦੇਣ ਲੱਗੇ ਵੀ ਲੋਕ ਘਬਰਾਉਂਦੇ ਆ ਸਹੀ ਕੀਰਤਨੀਆਂ ਨੂੰ ਕਹਿ ਦਿੰਦੇ ਜੇ ਕੀਰਤਨੀ ਸਿੰਘ ਕਹਿ ਦਿੰਦਾ ਵੀ ਬਾਬਾ ਜੀ 5500 ਬਾਬਾ ਜੀ ਥੋੜੇ ਬਹੁਤ ਘੱਟ ਕਰ ਲਓ ਜੇ ਆਪਾਂ ਕਿਸੇ ਚੰਗੇ ਮਾਲ 'ਚ ਜਾਈਏ ਤਾਂ 5500 ਦਾ ਖੜਾ ਹੀ ਖਾ ਜਾਂਦਾ ਬੰਦਾ ਬਿਲਕੁਲ ਸਹੀ ਤਾਂ ਉਹ ਚੀਜ਼ਾਂ ਕਿਤੇ ਕਰਕੇ ਬੰਦਾ ਹਰਟ ਜ਼ਰੂਰ ਹੁੰਦਾ ਮੈਂ ਇੱਧਰ ਆਇਆ ਜੁੜਿਆ ਫਿਰ ਵੀ ਚਲੋ ਇੰਨਾ ਵਧੀਆ ਸੀ ਵੀ ਸਾਥ ਸਾਰਾ ਵਧੀਆ ਸੀ ਕਿਸੇ ਨਸ਼ੇ ਪੱਤੇ 'ਤੇ ਨਹੀਂ ਲੱਗੇ ਵਧੀਆ ਮਤਲਬ ਜੁੜੇ ਰਹੇ ਚੰਗੇ ਰਹੇ ਚੰਗੀ ਗਾਇਕੀ ਜੀ ਕੋਈ ਵੀ ਆ ਹੁਣ ਜਿੱਦਾਂ ਦੇ ਵੀ ਕਾਲ ਆਉਂਦੀਆਂ ਮੈਂ ਤੇ ਸਬਰੀ ਵੀ ਰਾਹੀਂ ਕਰਦੇ ਆ ਸਾਰਾ ਉਹਨਾਂ ਨੂੰ ਹੈਂਡਲ ਕੋਈ ਵੀ ਜਿਹੜੀ ਬੁਕਿੰਗ ਇਨਕੁਆਇਰੀ ਵੀ ਆਉਂਦੀ ਆ ਸਾਰੇ ਸੁਣਨ ਨੂੰ ਫਿਰਦੇ ਯਾਰ ਬਈ ਅੱਕ ਗਏ ਜਿਹੜੀ ਲਾਲਾ ਹੁੰਦੀ ਆ ਫਲਾਣਾ ਡੀਜੇ ਲਾ ਲਓ ਜੇ ਲਾ ਲਓ ਵੀ ਸਾਨੂੰ ਤੁਹਾਡਾ ਚਾਹੀਦਾ ਯਾਨੀ ਲਾਈਵ ਤੁਹਾਡਾ ਅਖਾੜਾ ਸੁਣਨਾ ਅਸੀਂ ਕਈ ਤਾਂ ਇੰਨੇ ਮਰੀਦ ਹੋਏ ਵੀ ਸਾਨੂੰ ਯਕੀਨ ਨਹੀਂ ਆਉਂਦਾ ਕਿ ਅਸੀਂ ਵੀ ਉਸ ਲੈਵਲ 'ਤੇ ਕਦੇ ਪਹੁੰਚੇ ਹੈ ਨਾ ਰੱਬ ਦੀ ਮਿਹਰ ਨਾਲ ਵੀ ਕਈ ਰੋਣ ਲੱਗ ਜਾਂਦੇ ਬਈ ਤੁਹਾਡਾ ਆਹ ਗਾਣਾ ਤੁਹਾਡਾ ਸ਼ਰਾਬ 'ਤੇ ਗਾਣਾ ਸੀ ਇੱਕ ਮਾਤਾ ਦੀ ਕੌਲ ਆਈ ਅਤੇ ਉਹ ਰੋਣ ਲੱਗ ਗਈ ਕਿ ਪੁੱਤ ਤੁਸੀਂ ਕਹਿੰਦੀ ਮੈਨੂੰ ਗੂੰਗੀ ਸੀਗੀ ਵੀ ਆਹ ਗਾਣੇ ਨੇ ਕਹਿੰਦੀ ਮੈਨੂੰ ਐਂ ਲੱਗਦਾ ਵੀ ਜਿਹੜੇ ਮੇਰੇ ਦਿਲ ਦੇ ਲਫ਼ਜ਼ ਬਿਆਨ ਕਰਤੇ ਵੀ ਮੇਰੀ ਉਮਰ ਆਏ ਨੰਗੀ ਉਹ ਨਸ਼ਿਆਂ 'ਤੇ ਗਾਣਾ ਸੀ ਹੈ ਨਾ ਵੀ ਰੱਬ ਨੇ ਸਾਨੂੰ ਇੰਨੇ ਯੋਗਾ ਕੀਤਾ ਮੈਨੂੰ ਲੱਗਦਾ ਉਹ ਜਿੱਦਾਂ ਦੀ ਸਾਡੀ ਗਾਇਕੀ ਆ ਜੋਨਰ ਆ ਸਾਡਾ ਹੈ ਨਾ ਜਿੱਦਾਂ ਦੇ ਸਾਡੇ ਬੋਲ ਬੋਲਦੇ ਆ ਉਹ ਚੀਜ਼ ਲੋਕ ਕਰਕੇ ਆਉਂਦੇ ਆ ਨਹੀਂ ਗਾਣੇ ਦਾ ਵਾਜਾ ਤਾਂ ਕਿ ਗੰਦੇ ਗਾਣਿਆਂ ਦੇ ਵਿੱਚ ਵੀ ਕਈ ਵੱਜਿਆ ਹੈ ਨਾ ਉਹ ਚੀਜ਼ ਨੂੰ ਨਹੀਂ ਸਾਡਾ ਮੈਨੂੰ ਲੱਗਦਾ ਵੀ ਸਾਡਾ ਸੁਭਾਅ ਜਿਹੜਾ ਸਾਡਾ ਗਾਉਣ ਦੇ ਤਰੀਕੇ ਆ ਉਹ ਚੀਜ਼ ਲਿਰਿਕਸ ਜਿਹੜੀ ਅਸੀਂ ਉਹ ਕਰਦੇ ਹਾਂ ਚੂਜ਼ ਕਰਦੇ ਹਾਂ ਹੈ ਨਾ ਉਹਦੇ ਕਰਕੇ ਮੈਨੂੰ ਲੱਗਦਾ ਜ਼ਿਆਦਾ ਹੁਣ ਮੈਂ ਤਾਂ ਪੁੱਛਿਆ ਮੈਨੂੰ ਇੱਕ ਵਾਰੀ ਇੱਕ ਸੱਜਣ ਨੇ ਕਿਹਾ ਹਾਂਜੀ ਕਹਿੰਦੇ ਵੀ ਹਾਰਮੋਨੀਅਮ ਦੇਖ ਕੇ ਨਾ ਫੇਰ ਹੀ ਲੋਕ ਉਹਦੇ ਤੇ ਪੈਸੇ ਰੱਖਦੇ ਜਦੋਂ ਆਪਾਂ ਲਾਈਵ ਗਾਉਂਦੇ ਆ ਹਾਂਜੀ ਮੈਂ ਕਿਹਾ ਮੈਂ ਖਬਰ ਦੀ ਖਬਰ ਵਾਜੇ ਤੇ ਨਾ ਕਰਿਆ ਕਰਾਂ ਮੈਂ ਆਪਦਾ ਪ੍ਰੋਗਰਾਮ ਐ ਸ਼ੁਰੂ ਕਰ ਲਾਂ ਬਿਲਕੁਲ ਜੀ ਮੈਂ ਠੀਕ ਹੈ ਨਾ ਕੋਈ 4 ਰੁਪਏ ਹੋਣ ਬਹੁਤ ਚੰਗਾ ਲੱਗਾ ਬਾਈ ਜੀ ਹੁਣ ਇੱਕ ਆਪਦੇ ਦਿਲ ਦੀ ਰੂਹ ਦੀ ਆਵਾਜ਼ ਆ ਜਿਹੜੀ ਅੰਦਰੋਂ ਉੱਠਦੀ ਹੂਕ ਆ ਜਿਹੜੀ ਉਹ ਪੇਸ਼ ਕਰ ਦਿਓ ਤੇ ਫਿਰ ਆਪਾਂ ਚੱਲੀਏ ਇੱਕ ਸਾਡੇ ਬਾਈ ਜੀ ਸਾਡੇ ਨਾਲ ਹੀ ਹੁੰਦੇ ਆ ਲੱਕੀ ਸ਼ਾਹ ਜੀ ਅੱਛਾ ਜੀ ਕਬਰ ਬੱਚਾ ਬਹੁਤ ਸੋਹਣਾ ਲਿਖਦੇ ਬਾਈ ਹੁਣੀ ਉਹਨਾਂ ਦਾ ਲਿਖਿਆ ਗਾਣਾ ਇੱਕ ਤੇ ਉਹਦੀ ਮੈਂ ਚੰਦ ਲੈਣਾ ਗਾਉਣ ਦਿਓ ਇੱਥੇ ਵਿਆਹਾਂ ਦੇ ਵਿੱਚ ਫੇਰ ਹੁੰਦੇ ਤੇ ਮਰਗਾਂ ਤੇ ਮਠਿਆਈਆਂ ਨੇ ਇੱਥੇ ਗੁੰਡਾ ਬੰਦਾ ਹੀਰੋ ਆਣਾ ਮਾੜੇ ਦੀਆਂ ਸੁਣਵਾਈਆਂ ਨੇ ਇੱਥੇ ਗੁੰਡਾ ਬੰਦਾ ਹੀਰੋ ਆਣਾ ਮਾੜੇ ਦੀਆਂ ਸੁਣਵਾਈਆਂ ਨੇ ਲੋਕਾਂ ਦੇ ਪੱਲੇ ਹੈ ਨੀ ਲੋਕਾਂ ਦੇ ਪੱਲੇ ਹੈ ਨੀ ਹੁਣ ਕੱਖ ਪੰਜਾਬ ਸਿਆ ਤੇਰੇ ਕਿਹੜੇ ਕਿਹੜੇ ਦੁੱਖ ਲਿਖਾਂ ਮੈਂ ਦੱਸ ਪੰਜਾਬ ਕਿਆ ਬਾਤ ਕਿਆ ਬਾਤ ਆ ਤੇਰੇ ਕਿਹੜੇ ਕਿਹੜੇ ਦੁੱਖ ਲਿਖਾਂ ਮੈਂ ਉਹ ਦੱਸ ਪੰਜਾਬ ਸਿਆ ਥੋੜੀ ਜ਼ਿੰਦਗੀ
ਲੋਕਾਂ ਨਾਲ ਝੂਠੇ ਲਾਰੇ ਨੇ ਇੱਥੇ ਬਾਹਰ ਚੋਰ ਤੇ ਗੁੰਡੇ ਨੇ ਜੇਲਾਂ ਦੇ ਵਿੱਚ ਹਵਾਰੇ ਨੇ ਇੱਥੇ ਬਾਹਰ ਚੋਰ ਤੇ ਗੁੰਡੇ ਨੇ ਜੇਲਾਂ ਦੇ ਵਿੱਚ ਹਵਾਰੇ ਨੇ ਸੀਨੇ ਦੇ ਵਿੱਚ ਹੁਣ ਵੱਜਦੀ ਸੀਨੇ ਦੇ ਵਿੱਚ ਹੁਣ ਵੱਜਦੀ ਐ ਉਹ ਸੱਟ ਪੰਜਾਬ ਸਿਆ ਤੇਰੇ ਕਿਹੜੇ ਕਿਹੜੇ ਦੁੱਖ ਲਿਖਾਂ ਮੈਨੂੰ ਦੱਸ ਪੰਜਾਬ ਸਿਆ ਤੇਰੇ ਕਿਹੜੇ ਕਿਹੜੇ ਦੁੱਖ ਲਿਖਾਂ ਮੈਨੂੰ ਉਹ ਦੱਸ ਪੰਜਾਬ ਸਿਆ ਬਹੁਤ ਖੂਬ ਹੈ ਜੀ ਸਮੇਂ ਦਾ ਸੱਚ ਹਾਂਜੀ ਇੱਕ ਭੈਣ ਨਾਨਕੀ ਵਾਲਾ ਗੀਤ ਉਹ ਵੀ ਆਉਣ ਪੋਡਕਾਸਟ ਵਾਲੀ ਸੰਗਤਾਰ ਭਾਜੀ ਦੇ ਪੋਡਕਾਸਟ ਬਹੁਤ ਵਧੀਆ ਹੁੰਦੇ ਹਨ ਕੁਛ ਸਿੱਖਣ ਨੂੰ ਮਿਲਦਾ ਜਾਂ ਆਪਣੇ ਚੱਜ ਦੇ ਵਿਚਾਰ ਚ ਤੁਹਾਡੇ ਇੰਟਰਵਿਊ ਤੁਹਾਡੇ ਜਿਹੜੇ ਗੱਲਾਂ ਦਾ ਜਿਹੜਾ ਮਿਆਰ ਹੈ ਨਾ ਬਹੁਤ ਉੱਚਾ ਜਾਣੀ ਗਾਗਰ ਚ ਸਾਗਰ ਭਰਨ ਵਾਲੀ ਗੱਲ ਜਿਹੜੀ ਕਹਿੰਦੇ ਆਪਾਂ ਹਨਾ ਵੀ ਛੋਟੀ ਗੱਲ ਨੂੰ ਬਹੁਤ ਸ਼ਬਦ ਬਿਆਨ ਕਰ ਦਿੰਦੇ ਜਿਹੜੀ ਉਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਅਸੀਂ ਕੋਸ਼ਿਸ਼ ਕਰਦੇ ਉਹਨਾਂ ਵੀ ਕੁਛ ਸਿੱਖੀਏ ਪਰ ਉਹਨਾਂ ਚੀਜ਼ਾਂ ਓਬਜ਼ਰਵ ਨਹੀਂ ਹੁੰਦੀਆਂ ਹਨਾ ਹੌਲੀ ਹੌਲੀ ਕੋਸ਼ਿਸ਼ ਕਰਾਂਗੇ ਵੀ ਕੁਛ ਸਿੱਖੇ ਪਰ ਤੁਸੀਂ ਬਹੁਤ ਚੰਗੇ ਬਾਈ ਜੀ ਤੁਸੀਂ ਸੱਚੀ ਮੁੱਚੀ ਬਹੁਤ ਸੋਹਣਾ ਗਾਉਂਦੇ ਹੋ ਤੇ ਮੇਰੀ ਸਾਰੇ ਹੀ ਪੰਜਾਬੀਆਂ ਨੂੰ ਜੀ ਕਿਉਂਕਿ ਗਾਉਣਾ ਵਜਾਉਣਾ ਸਾਡੇ ਹਿੱਸੇ ਦੇ ਵਿੱਚ ਆਇਆ ਅਸੀਂ ਤਾਂ ਕਿਤੇ ਵੀ ਨੱਚ ਲੈਂਦੇ ਹਾਂ ਤੇ ਕਿਤੇ ਵੀ ਗਾ ਲੈਂਦੇ ਹਾਂ ਤੇ ਜਦੋਂ ਸਾਡੇ ਸੁਭਾਅ ਦੇ ਵਿੱਚ ਆ ਤੇ ਫਿਰ ਆਪਾਂ ਇਹਨਾਂ ਨੂੰ ਸੁਣਿਆ ਕਰੀਏ ਜਾਂ ਇਹਨਾਂ ਵਰਗਿਆਂ ਨੂੰ ਸੁਣਿਆ ਕਰੀਏ ਜੀ ਮੈਂ ਨਹੀਂ ਕਹਿੰਦਾ ਵੀ ਜੇ ਪੰਜਾਬ ਦੇ ਵਿੱਚ 3 ਕਰੋੜ ਦੀ ਆਬਾਦੀ ਆ ਤੇ ਹਰ ਘਰ ਦੇ ਵਿੱਚ ਬਾਈ ਜੀ ਹੋਰੀ ਜਾ ਸਕਦੇ ਆ ਪਰ ਇਹ ਆ ਵੀ ਇਹਨਾਂ ਵਰਗਿਆਂ ਨੂੰ ਤੇ ਸਭ ਤੋਂ ਵੱਧ ਇਹਨਾਂ ਨੂੰ ਸੁਣਿਆ ਵੀ ਕਰੋ ਤੇ ਬੁੱਕ ਵੀ ਕਰਿਆ ਕਰੋ ਤੇ ਮੈਂ ਇੱਕ ਗੱਲ ਦੀ ਬੇਨਤੀ ਬਿਨਾਂ ਪੁੱਛੇ ਕਰ ਦਿੰਦਾ ਵੀ ਭਾਈ ਜੇਕਰ ਤੁਸੀਂ ਇਹਨਾਂ ਨੂੰ ਬੁੱਕ ਕਰੋਗੇ ਤਾਂ 2-4 ਹਜ਼ਾਰ ਰੁਪਇਆ 10 ਹਜ਼ਾਰ ਰੁਪਇਆ ਮੈਂ ਵੀ ਛੁਡਵਾ ਲਿਆ ਕਰੋ ਤੇ ਤੁਹਾਨੂੰ ਭਾਈ ਜੀ ਤੁਹਾਡੇ ਹਾਰਮੋਨੀਅਮ ਦੀ ਸਹੁੰ ਜੇਕਰ ਤੁਸੀਂ ਲੀਹ ਤੋਂ ਲੱਥੀ ਗਾਇਕੀ ਕਰਕੇ ਪੇਸ਼ ਕਰ ਤੁਹਾਨੂੰ ਬੁੱਕ ਚੂੜੀ ਤੇ ਤੁਹਾਨੂੰ ਇਹਦੇ ਤਾਰਾਂ ਦੀ ਸਹੁੰ ਤੇ ਤੁਹਾਨੂੰ ਮੇਰੀ ਦੁਬਾਰਾ ਜਦੋਂ ਮੌਕਾ ਮਿਲਿਆ ਫਿਰ ਵਿਚਾਰਾਂ ਪਾਵਾਂਗੇ ਫਿਲਹਾਲ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਆ ਜੀ ਹੋ ਗਿਆ ਜਾਣ ਦਾ ਵੇਲਾ ਸਾਨੂੰ ਸਾਰਿਆਂ ਦੇ ਇਜਾਜ਼ਤ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ।